ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈ ਅਨ ਮਨ ਮੁਖੀ ਮੂਲ ਗਵਾਇਆ। ਗਰੀਬ ਨਿਵਾਸ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬੜਾ ਸੁੰਦਰ ਪ੍ਰਮਾਣ ਕਰ ਰਹੇ ਨੇ। ਸ਼ੁਰੂਆਤੀ ਪੰਕਤੀਆਂ 'ਚ ਕਹਿਣ ਲੱਗੇ ਭਾਈ ਇਹ ਸਾਰਾ ਸੰਸਾਰ ਜੋ ਹੈ ਇਹ ਪਰਮਾਤਮਾ ਪ੍ਰਭੂ ਦਾ ਇੱਕ ਖੇਤ ਹੈ। ਜਿਹੜਾ ਅੱਜ ਸਮਝਾਇਆ ਜਾ ਰਿਹਾ ਉਪਦੇਸ਼ ਅਧਿਆਤਮਕ ਹੈ, ਗੱਲ ਪਰਮਾਰਥੀ ਸਮਝਾ ਰਹੇ ਨੇ, ਪਰ ਜੋ ਇਸ਼ਾਰੇ ਨੇ ਉਹ ਆਮ ਦੁਨਿਆਵੀ ਸੰਸਾਰਕ ਦ੍ਰਿਸ਼ਟਾਂਤ ਜਿਹੜੇ ਦਿੱਤੇ ਨੇ ਆਮ ਜਿਹੜੇ ਆਪਣੇ ਸੌਖੀਆਂ ਸਮਝ ਵਿੱਚ ਆ ਜਾਣ। ਖੇਤ ਦਾ ਉਦਾਹਰਣ ਬੜਾ ਸੌਖ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਜੰਮੇ ਨੂੰ ਖੇਤਾਂ ਦੇ ਪੁੱਤ ਕਿਹਾ ਜਾਂਦਾ। ਖੇਤਾਂ ਦੇ ਵਿੱਚ ਜੰਮਣਾ, ਮਿਹਨਤਾਂ ਕਰਨੀਆਂ ਔਰ ਖੇਤਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਾਫ਼ੀ ਸਾਰੀਆਂ ਐਗਜ਼ੈਂਪਲ ਜਿਸ ਤਰ੍ਹਾਂ ਦੀਆਂ ਦਿੱਤੀਆਂ ਨੇ। ਇੱਥੇ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਹੈ ਪੂਰਾ ਇਹ ਪਰਮਾਤਮਾ ਦਾ ਇੱਕ ਖੇਤ ਹੈ। ਹਰ ਪ੍ਰਭ ਕਾ ਸਭ ਖੇਤ ਹੈ, ਸਭ ਤੋਂ ਭਾਵ ਸਾਰਾ। ਹਰ ਆਪ ਕਿਰਸਾਣੀ ਲਾਇਆ, ਤੇ ਜਿੰਨੇ ਵੀ ਆਪਾਂ ਆਏ ਹਾਂ, ਜਿੰਨੇ ਵੀ ਆਪਾਂ ਜੀਵ ਹਾਂ ਸੰਸਾਰਕ, ਇਸ ਸੰਸਾਰ ਵਿੱਚ ਸਾਡਾ ਆਉਣਾ ਹੋਇਆ, ਕਹਿੰਦੇ ਸਾਰਿਆਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਦੇ ਰਾਹੀਂ ਇਸ ਖੇਤੀ ਦੇ ਵਿੱਚ ਲਾਇਆ ਹੋਇਆ। ਖੇਤ ਵਿੱਚ ਖੇਤੀ ਹੁੰਦੀ ਹੈ, ਕਰਨ ਵਾਲਾ ਕਿਸਾਨ ਹੈ, ਕੀਤੀ ਜਾ ਰਹੀ ਹੈ ਜੋ ਕਿਸਾਨੀ ਹੈ, ਕੀਤੀ ਜੋ ਜਾ ਰਹੀ ਹੈ ਉਹ ਖੇਤੀ ਹੈ, ਕਰਨ ਵਾਲਾ ਕਿਸਾਨ ਹੈ, ਕਰਾਉਣ ਵਾਲਾ ਮਾਲਕ ਹੁੰਦਾ ਜਿਹਦਾ ਖੇਤ ਹੈ। ਬਸ ਅਸੀਂ ਸਾਰੇ ਇਸ ਖੇਤ ਦੇ ਮਾਲਕ ਤੇ ਨਹੀਂ ਹਾਂ, ਪਰ ਇਹਦੇ ਵਿੱਚ ਅਸੀਂ ਖੇਤੀ ਕਰ ਰਹੇ ਹਾਂ ਇੱਕ ਤਰ੍ਹਾਂ ਦੀ, ਅਸੀਂ ਸਾਰੇ ਕਿਸਾਨ ਹਾਂ। ਕਿਸਾਨ ਕੀ ਕਰਦਾ? ਬੀਜ ਬੋਂਦਾ, ਫਸਲ ਬੀਜਦਾ, ਸੰਭਾਲਦਾ ਇਤਿਆਦਕ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਇੱਥੇ? ਕਹਿੰਦੇ ਜਿਹੜੀ ਕਿਰਸਾਣੀ ਹੈ ਨਾ ਉਹ ਕੈਸੀ ਹੈ? ਹੁਣ ਉਦਾਹਰਨਾਂ ਨੇ ਇਹ, ਗੁਰਮੁਖ ਬਖਸ਼ ਜਮਾਈਅਨ ਮਨ ਮੁਖੀ ਮੂਲ ਗਵਾਇਆ। ਮਹਾਰਾਜ ਕਹਿੰਦੇ ਪਰਮਾਤਮਾ ਨੇ ਤਾਂ ਸਾਰਿਆਂ ਨੂੰ ਕਰਮ ਰੂਪੀ ਖੇਤੀ ਦੇ ਵਿੱਚ ਲਾਇਆ ਹੋਇਆ। ਆਪਾਂ ਸਾਰੇ ਕਰਮ ਰੂਪੀ ਖੇਤੀ ਬੀਜ ਰਹੇ ਹਾਂ, ਸਾਰੇ ਕਰਮ ਕਰ ਰਹੇ ਹਾਂ ਆਪਾਂ। ਹੁਣ ਇਸ ਮਹਾਰਾਜ ਨੇ ਬਾਣੀ 'ਚ ਵੀ ਆਖਿਆ ਵੀ ਜੈਸਾ ਬੀਜ ਬੀਜੋਗੇ ਵੈਸੇ ਹੀ ਵੱਢੋਗੇ ਤੁਸੀਂ। ਜੈਸਾ ਬੀਜਾ ਸੋ ਲੈਣਾ ਕਰਮਾ ਸੰਦੜਾ ਖੇਤ। ਔਰ ਬਾਣੀ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਬੀਜ ਤੁਸੀਂ ਧਰਤੀ ਦੀ ਕੁੱਖ ਵਿੱਚ ਪਾਓਗੇ ਤੁਹਾਨੂੰ ਕਈ ਗੁਣਾ ਜ਼ਿਆਦਾ ਧਰਤੀ ਉਹ ਦੇਵੇਗੀ। ਕਣਕ ਬੀਜੋਗੇ ਤੇ ਕਈ ਗੁਣਾ ਜ਼ਿਆਦਾ ਕਣਕ ਆਏਗੀ, ਮੱਕੀ ਬੀਜੋਗੇ, ਜੋ ਵੀ ਬੀਜਾਂਗੇ, ਜਿਹਨੇ ਕੰਡੇ ਬੀਜੇ ਉਹਨੂੰ ਕੰਡੇ ਹੀ ਮਿਲਣਗੇ। ਸੋ ਇਹ ਵੀ ਇੱਕ ਮਹਾਰਾਜ ਨੇ ਇਸ਼ਾਰਾ ਕੀਤਾ, ਸਾਨੂੰ ਸਾਰਿਆਂ ਨੂੰ ਸੰਸਾਰ ਦੇ ਵਿੱਚ ਭੇਜਿਆ ਸੀ, ਇਸ ਸੰਸਾਰ ਰੂਪੀ ਖੇਤ ਵਿੱਚ ਸਾਰੇ ਕਰਮ ਰੂਪੀ ਬੀਜ ਬੀਜ ਰਹੇ ਹਾਂ ਆਪਾਂ, ਕਿਸਾਨੀ ਕਰ ਰਹੇ ਹਾਂ। ਪਰ ਮਹਾਰਾਜ ਨੇ ਸਾਨੂੰ ਇੱਕ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਕਰਮ ਚੰਗੇ ਕਰਿਓ, ਬੀਜ ਚੰਗਾ ਬੀਜਿਓ, ਜੇ ਤੁਸੀਂ ਚਾਹੁੰਦੇ ਹੋ ਵੀ ਭਵਿੱਖ ਦੇ ਵਿੱਚ ਤੁਹਾਨੂੰ ਚੰਗਾ ਲਾਭ ਪ੍ਰਾਪਤ ਹੋਵੇ। ਬੀਜ ਬੀਜਣ ਤੇ ਗੱਲ ਬੜੀ ਵੱਡੀ ਖੜੀ ਹੈ, ਬਾਕੀ ਮਿਹਨਤ ਲਗਭਗ ਸਾਰੀਆਂ ਫਸਲਾਂ ਤੇ ਆਉਂਦੀ ਹੈ, ਸਾਰੀਆਂ ਨੂੰ ਕੱਟਣਾ ਵੱਢਣਾ ਪੈਂਦਾ। ਬੀਜ ਵੇਲੇ ਕਿਸਾਨ ਨੂੰ ਸਾਵਧਾਨੀ ਤੋਂ ਕੰਮ ਲੈਣਾ ਪੈਂਦਾ, ਤੇ ਜੇ ਚੰਗਾ ਬੀਜ ਨਹੀਂ ਬੀਜਿਆ ਖੇਤ ਜਿੰਨਾ ਮਰਜ਼ੀ ਵਧੀਆ ਵੀ ਕਿਉਂ ਨਾ ਹੋਵੇ, ਜੇ ਬੀਜ ਨਕੰਮਾ ਬੀਜਤਾ, ਬੀਜ ਦੀ ਕੁਆਲਿਟੀ ਉਹ ਘਟੀਆ ਕਿਸਮ ਦੀ ਹੈ, ਫਿਰ ਉਹਦੇ ਚੋਂ ਉਸ ਤਰ੍ਹਾਂ ਦਾ ਪ੍ਰੋਫਿਟ ਨਹੀਂ ਲਿਆ ਜਾ ਸਕਦਾ। ਇਸ ਕਰਕੇ ਅਸੀਂ ਸੰਸਾਰ ਰੂਪੀ ਇਸ ਖੇਤ ਵਿੱਚ ਜੋ ਬੀਜਣਾ ਹੈ ਉਹ ਹੈ ਕਰਮ ਰੂਪੀ ਫਸਲ। ਹੁਣ ਆਪਾਂ ਇੱਥੇ ਅਵਿਆਰ ਹੋਣਾ ਵੀ ਆਪਾਂ ਉਹੀ ਅੱਖਾਂ ਮੀਟ ਕੇ ਨਾ ਬੀਜੀ ਚੱਲੀਏ। ਬੱਤ ਲੱਗੀ ਹੋਈ ਹੈ, ਬੱਤ ਲੱਗੀ ਸੱਚਾ ਨਾਮ ਕੀ ਜੋ ਬੀਜਿਆ ਸੋ ਖਾਏ। ਮਹਾਰਾਜ ਕਹਿੰਦੇ ਨੇ ਇਹ ਬੱਤਰ ਆਈ ਹੋਈ ਹੈ
ਤੇ ਹੁਣ ਸਮਾਂ ਤੁਹਾਡੇ ਕੋਲੇ ਸਹੀ ਸਮਾਂ ਹੈ, ਸਹੀ ਸਮੇਂ ਤੇ ਸਹੀ ਰੁੱਤ ਦੇ ਵਿੱਚ ਸਹੀ ਬੀਜ ਬੀਜਿਆ ਜਾਏ ਉਹ ਜ਼ਿਆਦਾ ਪ੍ਰਫੁੱਲਿਤ ਹੁੰਦਾ। ਪਰ ਬੀਜ ਵੀ ਜਿੰਨਾ ਮਰਜ਼ੀ ਵਧੀਆ ਹੋਵੇ, ਕੁਰੁੱਤਾ ਹੋਵੇ, ਤਾਂ ਵੀ ਗੱਲ ਨਹੀਂ ਬਣਦੀ। ਇਹ ਥੋੜ੍ਹਾ ਸਾਨੂੰ ਗਿਆਨ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਇੱਥੇ ਬੀਜ ਬੀਜਣਾ ਤੁਸੀਂ ਨਾਮ ਦਾ, ਸ਼ੁਭ ਕਰਮਾਂ ਦਾ, ਸ੍ਰੇਸ਼ਟ ਕਰਮਾਂ ਦਾ ਬੀਜ ਬੀਜੋਗੇ ਵੈਸੇ ਤੁਸੀਂ ਵੱਢੋਗੇ। ਹੁਣ ਮਹਾਰਾਜ ਕਹਿੰਦੇ ਨੇ ਜਿਹੜੇ ਤਾਂ ਸੀ ਗੁਰਮੁਖ, ਉਹਨਾਂ ਨੇ ਤਾਂ ਇੱਥੇ ਸ਼ੁਭ ਕਰਮ ਰੂਪੀ ਫਸਲ ਬੀਜਤੀ, ਜਾਂ ਕਹਿ ਲਓ ਬੀਜ ਬੀਜਤਾ, ਨਾਮ ਦਾ ਬੀਜ ਬੀਜਿਆ ਉਹਨਾਂ ਨੇ। ਪਰ ਜਿਹੜਾ ਮਨਮੁਖ ਹੈ ਉਹਨੇ ਆਪਣੇ ਸਮੇਂ ਨੂੰ ਐਵੇਂ ਲੰਘਾ ਦਿੱਤਾ, ਉਹਨੇ ਨਹੀਂ ਦੇਖਿਆ ਵੀ ਬੱਤਰ ਆਈ ਹੋਈ ਹੈ, ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਕੈਸਾ ਬੀਜ ਬੀਜਣਾ ਚਾਹੀਦਾ, ਅੱਖਾਂ ਮੀਟ ਕੇ ਬਸ ਕਰੀ ਗਿਆ। ਕਿਉਂਕਿ ਗੁਰੂ ਕੋਲੇ ਬੈਠਿਆ ਹੁੰਦਾ, ਗੁਰੂ ਦੀ ਗੱਲ ਸੁਣੀ ਹੁੰਦੀ, ਸ਼ਾਇਦ ਧਿਆਨ ਦਿੰਦਾ। ਪਰ ਮਹਾਰਾਜ ਕੀ ਕਹਿੰਦੇ, ਕੀ ਵੇਖਿਆ ਜਾ ਰਿਹਾ, ਗੁਰਮੁਖ ਬਖਸ਼ ਜਮਾਈ ਅਨ, ਜਿਹੜੇ ਤਾਂ ਗੁਰਮੁਖ ਨੇ ਗੁਰੂ ਦੇ ਕੋਲ ਬੈਠਦੇ ਨੇ, ਗੁਰੂ ਦੇ ਬਚਨਾਂ ਨੂੰ ਸੁਣ ਲੈਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਬੀਜ ਬੀਜਣਾ, ਉਹ ਚੰਗਾ ਬੀਜ ਬੀਜਦੇ ਨੇ, ਸ਼ੁਭ ਕਰਮਾਂ ਦਾ ਬੀਜ ਬੀਜ ਕੇ ਫਿਰ ਉਹਨੂੰ ਜਮਾ ਵੀ ਦਿੰਦੇ ਨੇ। ਬੀਜ ਬੀਜ ਕੇ ਸੁਹਾਗਾ ਵੀ ਮਾਰਨਾ, ਕਈ ਤਾਂ ਪੰਛੀ ਨਹੀਂ ਤੇ ਚੁੱਕ ਕੇ ਲੈ ਜਾਂਦੇ ਨੇ। ਗੁਰਮੁਖ ਸ਼ੁਭ ਕਰਮ ਨਾਮ ਦਾ ਬੀਜ ਬੀਜ ਕੇ ਉਹਨੂੰ ਜਮਾ ਲੈਂਦੇ ਨੇ। ਪਰ ਜਿਹੜੇ ਮਨਮੁੱਖ ਨੇ, ਜਿਨ੍ਹਾਂ ਨੇ ਸੁਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਮਨਮੁਖੀ ਮੂਲ ਗਵਾਇਆ, ਮਹਾਰਾਜ ਕਹਿੰਦੇ ਉਹ ਆਪਣਾ ਸਾਰਾ ਕੁਝ ਹੀ ਗਵਾ ਲੈਂਦੇ ਨੇ। ਖੇਤ ਤਾਂ ਕਿਹੜਾ ਜੰਮਣਾ ਸੀ, ਉੱਥੋਂ ਅੱਗੇ ਫਸਲ ਤਾਂ ਕਿਹੜੀ ਉਹਨਾਂ ਨੂੰ ਮਿਲਣੀ ਸੀ, ਕਿਹੜਾ ਲਾਭ ਮਿਲਣਾ ਸੀ, ਸਗੋਂ ਉਹਨਾਂ ਨੇ ਮੂਲ ਵੀ ਗਵਾ ਦਿੱਤਾ। ਬਸ ਆਹ ਚੀਜ਼ ਕਿਤੇ ਸਮਝ ਵਿੱਚ ਆ ਜਾਏ, ਅਸੀਂ ਆਪਣੇ ਕਰਮਾਂ ਵੱਲ ਧਿਆਨ ਦੇਈਏ। ਦੇਖੋ ਕੋਈ ਤੁਹਾਨੂੰ ਕੀ ਕਹਿ ਰਿਹਾ, ਅਸੀਂ ਕਈ ਵਾਰੀ ਕਹਿੰਦੇ ਵੀ ਸਾਨੂੰ ਕੋਈ ਰੋਕਦਾ ਟੋਕਦਾ ਨਹੀਂ, ਰੋਕਦਾ ਟੋਕਦਾ ਨਹੀਂ ਹੈ। ਪਰ ਤੁਹਾਨੂੰ ਪਤਾ ਤੁਸੀਂ ਧਿਆਨ ਦੇਵੋ, ਰੋਕਣ ਵਾਲਾ ਜੇ ਨਹੀਂ ਵੀ ਰੋਕ, ਮੰਨ ਲਓ ਹੁਣ ਕੋਈ ਬੰਦਾ ਘਰ ਦੇ ਵਿੱਚ ਕੰਡੇ ਬੀਜ ਰਿਹਾ, ਕਿੱਕਰ ਦਾ ਬੀਜ ਰਿਹਾ ਉਹ, ਤੇ ਉਹਨੂੰ ਕਿਸੇ ਸਿਆਣੇ ਗੁਆਂਢੀ ਨੇ ਕਹਿਤਾ ਵੀ ਯਾਰ ਕਾਹਨੂੰ ਤੂੰ ਵੀ ਇਹ ਬੀਜ ਬੀਜਦਾ, ਇਹਨੂੰ ਕਿਹੜੇ ਫਲ ਲੱਗਣੇ ਨੇ, ਕਿਹੜੀ ਛਾਂ ਹੋਣੀ ਹੈ ਇਹਦੀ, ਕਿਹੜੀ ਐਵੇਂ ਕੰਡੇ ਬੀਜ ਰਹੇ, ਤੇਰੇ ਪੁੱਤ ਪੁੱਤ ਵੀ ਗਾਲਾਂ ਕੱਢਣਗੇ ਜੋ ਕਹਿੰਦੇ ਵੀ ਚਲੋ ਆਪਾਂ ਨੂੰ ਕੀ, ਆਪਾਂ ਕਿਹੜਾ ਰਹਿਣਾ ਜਦ ਤੱਕ, ਕੀ ਉਹਨੂੰ ਸਿਆਣਾ ਕਿਹਾ ਜਾਏਗਾ। ਦੂਜਾ, ਜੇ ਗੁਆਂਢੀ ਦੇ ਰੋਕਣ ਤੇ ਰੁਕ ਗਿਆ, ਚੰਗੀ ਗੱਲ ਹੈ ਵੀ ਤੂੰ ਕੋਈ ਅੰਬ ਦਾ ਬੀਜ ਬੀਜ ਦੇ, ਕੋਈ ਅਮਰੂਦ ਬੀਜ ਦੇ, ਕੋਈ ਫਲ ਬੀਜ ਦੇ, ਤੇਰੇ ਬੱਚੇ ਸੌਖੇ ਰਹਿਣਗੇ, ਕੋਈ ਸ਼ਾਨਦਾਰ ਦਰਖਤੇ ਬੀਜ ਦੇ ਜੇ ਫਲਦਾਰ ਨਹੀਂ ਬੀਜਣਾ। ਪਰ ਜੇ ਤਾਂ ਉਹਨੇ ਸੁਣ ਲਈ ਗੱਲ, ਠੀਕ ਹੈ। ਹੁਣ ਇੱਥੇ ਗੱਲ ਖੜੀ ਹੈ ਰੋਕਣ ਵਾਲਿਆਂ ਤੇ, ਬਹੁਤੇ ਬੰਦੇ ਐਸੇ ਬੀਜ ਬੀਜਦੇ ਨੇ ਕਿਸੇ ਦੇ ਰੋਕਣ ਤੇ, ਚਲੋ ਰੁਕ ਜਾਂਦੇ ਨੇ ਮਾੜੇ ਕਰਮ ਕਰਨ ਤੋਂ। ਕੁਝ ਲੋਕ ਐਸੇ ਵੀ ਤੁਸੀਂ ਵੇਖੋਗੇ ਮਾੜੇ ਕਰਮ ਦਿਨ ਰਾਤ ਕਰੀ ਜਾਂਦੇ ਨੇ, ਜੇ ਉਹਨਾਂ ਨੂੰ ਆਖੋ ਭਾਈ ਕਿਉਂ, ਕਹਿੰਦੇ ਸਾਨੂੰ ਕਿਹੜਾ ਕੋਈ ਰੋਕਦਾ, ਜੇ ਨਹੀਂ ਕੋਈ ਰੋਕਦਾ, ਜੇ ਕੋਈ ਨਹੀਂ ਤੁਹਾਨੂੰ ਸਮਝਾਉਂਦਾ, ਬੀਜ ਤੁਸੀਂ ਬੀਜ ਰਹੇ ਹੋ, ਵੱਢਣੇ ਤੁਹਾਨੂੰ ਪੈਣੇ ਨੇ, ਤੁਸੀਂ ਦੇਖਣਾ ਹੈ। ਇਸ ਕਰਕੇ ਗੁਰਮੁਖ ਜਿਹੜਾ ਹੈ ਉਹ ਗੁਰੂ ਦੀ ਗੱਲ ਸੁਣਦਾ ਹੈ, ਗੁਰੂ ਤੁਹਾਨੂੰ ਵਾਰ ਵਾਰ ਕਹਿੰਦਾ ਹੈ ਵੀ ਇੱਥੇ ਸ਼ੁਭ ਕਰਮਾਂ ਰੂਪੀ ਬੀਜ ਬੀਜੋ, ਨਾਮ ਦਾ ਬੀਜ ਬੀਜੋ। ਜਿਹਨੇ ਤਾਂ ਸੁਣ ਲਈ ਉਹਨੇ ਬੀਜਿਆ, ਉਹਨੇ ਲਾਹਾ। ਜਿਹੜਾ ਮਨਮੁੱਖ ਹੈ ਉਹ ਤਾਂ ਗੱਲੇ ਨਹੀਂ ਸੁਣਦਾ ਗੁਰੂ ਦੀ, ਉਹ ਤਾਂ ਗੁਰੂ ਵਾਲੇ ਬਚਨਾਂ ਵੱਲ ਧਿਆਨ ਨਹੀਂ ਦਿੰਦੇ, ਦਿਨ ਰਾਤ ਉਹ ਬਸ ਪਾਪ ਕਰਮ ਕਰੀ ਜਾਂਦਾ, ਵਿਕਾਰ ਭੋਗੀ ਜਾਂਦਾ, ਬਸ ਆਹੀ ਉਹਦਾ ਬੀਜ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਮੂਲ ਵੀ ਗਵਾ ਲੈਂਦਾ। ਬੜੇ ਪਿਆਰੇ ਬਚਨ ਨੇ, ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਜਿੰਨੇ ਭਲੇ ਲਈ ਬੀਜਦੇ ਨੇ ਵੀ ਸਾਡੇ ਚ ਭਲਾ ਹੋਵੇ, ਸਾਨੂੰ ਚਾਰ ਪੈਸੇ ਜ਼ਿਆਦਾ ਬਚ ਜਾਣ, ਸਾਨੂੰ ਜ਼ਿਆਦਾ ਪ੍ਰੋਫਿਟ ਹੋਵੇ, ਆਪਾਂ ਆਪਣੇ ਭਲੇ ਲਈ ਬੀਜਦੇ ਹਾਂ, ਆਪਣੇ ਫਾਇਦੇ ਲਈ, ਦੂਜਿਆਂ ਦਾ ਭਲਾ ਭਾਵੇਂ ਨਾ ਹੋਵੇ ਉਹਦੇ ਚ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ, ਹੁਣ ਫਸਲਾਂ ਨੂੰ ਜਿਹੜੀ ਪੰਨੇ ਬਾਅਦ ਦਵਾਈਆਂ ਛਿੜਕ ਰਹੇ ਹਾਂ ਬਿਨਾਂ ਲੋੜ ਤੋਂ ਬਹੁਤ ਜ਼ਿਆਦਾ, ਉਹਦੇ ਚ ਕੀ ਹੈ ਵੀ ਝਾੜ ਵੱਧ ਆ, ਝਾੜ ਤੇ ਵੱਧ ਆ, ਪਰ ਉਹ ਜਿਹੜੀ ਖਾਣ ਨਾਲ ਖਾਣ ਜੋਗੀ ਨਹੀਂ ਰਹਿੰਦੀ, ਉਹ ਚੀਜ਼ ਉਹ ਵਰਤਣ ਜੋਗੀ ਹੈ ਹੀ ਨਹੀਂ, ਤੰਦਰੀ ਜ਼ਹਿਰ ਬਣ ਗਈ ਹੈ। ਪਰ ਆਪਾਂ ਕਹਿੰਦੇ ਵੀ ਆਪਾਂ ਲੈਣਾ ਕੀ, ਆਪਾਂ ਤੇ ਇਧਰੋਂ ਉਧਰੋਂ ਲੈ ਲਾਂਗੇ ਤੇ ਆਪਾਂ ਸਹੀ ਫਸਲ ਲੈ ਲਾਂਗੇ, ਜਾਂ ਆਪਾਂ ਔਰਗੈਨਿਕ ਵਗੈਰਾ, ਪਰ ਇਹ ਤਾਂ ਲੋਕਾਂ ਦੇ ਕੋਲੇ ਜਾਣੀ ਹੈ,
ਆਪਣੇ ਭਲੇ ਲਈ ਉਹ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਦਾ। ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਇਹ ਹੈ, ਸ਼ਾਇਦ ਇਸੇ ਕਰਕੇ ਅਸੀਂ ਪਰਵਾਹ ਨਹੀਂ ਕਰਦੇ ਨਾ ਦਵਾਈਆਂ ਛਿੜਕਣ ਤੋਂ ਨਾ ਕਿਸੇ ਹੋਰ ਚੀਜ਼ ਦੀ। ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਇੱਥੇ ਮਹਾਰਾਜ ਇਸ਼ਾਰਾ ਦੇ ਰਹੇ ਨੇ, ਤਾਂ ਕਹਿ ਰਿਹਾ ਸਭ ਕੋ ਬੀਜੇ ਆਪਣੇ ਭਲੇ ਨੂੰ। ਹੁਣ ਸਾਨੂੰ ਕਿਹਾ ਜਾ ਰਿਹਾ ਹੈ, ਇਸ ਤਰ੍ਹਾਂ ਦੇ ਸਿਆਣੇ ਲੋਕ ਸਰਕਾਰਾਂ ਵੀ ਦਹਾਈ ਪਾ ਰਹੀਆਂ ਨੇ ਵੀ ਭਾਈ ਐਸੀਆਂ ਫਸਲਾਂ ਬੀਜੋ ਜਿਹਦੇ ਨਾਲ ਪਾਣੀ ਘੱਟ ਵਰਤਿਆ ਜਾਏ, ਕਿਉਂਕਿ ਪੰਜਾਬ ਦੇ ਕੋਲ 17-18 ਸਾਲਾਂ ਦਾ 20 ਸਾਲਾਂ ਦਾ ਪਾਣੀ ਰਹਿ ਗਿਆ, ਸਾਰਾ ਰੇਗਿਸਤਾਨ ਬਣ ਜਾਣਾ। ਜਾਣਦਾ ਤਾਂ ਪਰਮਾਤਮਾ ਹੈ, ਹੋਣਾ ਕੀ ਹੈ, ਪਰ ਕਿਸ ਨੇ ਸਿਆਣੇ ਲੋਕਾਂ ਦੇ, ਤਜਰਬੇਕਾਰ ਲੋਕਾਂ ਦੇ, ਜਿਨ੍ਹਾਂ ਦਾ ਇਸ ਪਾਸੇ ਵੱਡਾ ਵਰਕ ਹੈ, ਕੰਮ ਹੈ, ਜਿਹੜੇ ਉਹ ਦੱਸਦੇ ਨੇ ਵੀ ਪੰਜਾਬ ਵੀ ਮਾਰੂਥਲ ਬਣਦਾ ਜਾ ਰਿਹਾ। ਇਹ ਤਾਂ ਆਪਾਂ ਵੇਖ ਰਹੇ ਹਾਂ ਵੀ ਪਾਣੀ ਕਿੰਨਾ ਨੀਵਾਂ ਚਲਾ ਗਿਆ, ਸਿਆਣੇ ਬਜ਼ੁਰਗ ਬੈਠੇ ਨੇ ਇਹਨਾਂ ਨੇ ਵੇਖਿਆ ਪਾਣੀ ਕਿੰਨੇ ਫੁੱਟ ਤੇ ਨਿਕਲ ਆਉਂਦਾ ਸੀ ਤੇ ਹੁਣ ਕਿੱਥੇ ਜਾ ਪਹੁੰਚਿਆ ਹੈਗਾ, ਸੈਂਕੜੇ ਫੁੱਟ ਧਰਤੀ ਤੇ ਚਲਾ ਗਿਆ, ਕਿੱਥੇ ਕੁ ਤੱਕ ਅਸੀਂ ਬਸ ਕਰਾਂਗੇ। ਪਰ ਹੁਣ ਵੀ ਅੰਨੇ ਵਾਹ ਪਾਣੀ ਦੁਰਵਰਤੋਂ, ਇਹਦਾ ਰਿਜ਼ਲਟ ਭੁਗਤਣਾ ਪਏਗਾ, ਇਹਦਾ ਨਤੀਜਾ ਭੁਗਤਣਾ ਪਏਗਾ ਜੇ ਅਵਿਆਰ ਨਾ ਹੋਏ ਤੇ ਸੁਚੇਤ ਨਾ ਹੋਏ। ਪਾਣੀ ਵੀ ਮਾਰੂ, ਜਿਹੜਾ ਸੀ ਪੰਜਾਬ ਵੀ ਮਾਰੂਥਲ ਬਣਦਾ ਜਾ ਰਿਹਾ। ਇਹੋ ਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਅਖਬਾਰਾਂ 'ਚ ਛਪ ਚੁੱਕੀਆਂ ਨੇ, ਬਹੁਤ ਸਾਰਾ ਇਸ ਪਾਸੇ ਧਿਆਨ ਦਿੱਤਾ ਉਹਨਾਂ ਲੋਕਾਂ ਨੇ। ਪਾਣੀ ਬਚਾਓ ਚੰਡੀਗੜ੍ਹ 'ਚ 2 ਕਮੇਟੀਆਂ ਬਣੀਆਂ ਹੋਈਆਂ ਨੇ, ਉਹਨਾਂ ਨੇ ਇਸ ਪਾਸੇ ਕਿਤਾਬ ਵੀ ਲਿਖੀ ਹੈ ਵੀ ਤੁਸੀਂ ਦੇਖੋ ਗਰਾਊਂਡ ਵਾਟਰ ਸਾਡਾ ਕਿੱਥੇ ਚਲਾ ਗਿਆ। ਚਲੋ ਮੈਂ ਜਿਹੜੀ ਬੇਨਤੀ ਕਰੇ, ਇਹ ਆਮ ਬੰਦੇ ਦਾ ਕੰਮ ਨਹੀਂ ਹੈ, ਇਹ ਆਮ ਬੰਦੇ ਦੇ ਵੱਸ ਦੀ ਗੱਲ ਹੈ ਹੀ, ਤੁਸੀਂ ਕਿੰਨਾ ਕਰ ਲਓਗੇ, ਪਰ ਇਹ ਸਾਂਝੇ ਤੌਰ ਤੇ ਸਾਨੂੰ ਸਿਰ ਜੋੜ ਕੇ ਯਤਨ ਕਰਨੇ ਪੈਣੇ, ਸਮੁੱਚੇ ਤੌਰ ਤੇ ਫੈਸਲੇ ਲੈਣੇ ਪੈਣੇ ਨੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਆਪਣੇ ਭਲੇ ਲਈ ਹੀ ਮਨੁੱਖ ਖੜਾ ਹੈ, ਤੇ ਇਹ ਨਹੀਂ ਵੇਖਦਾ ਵੀ ਇਹਦੇ ਚ ਦੂਜੇ ਦਾ, ਤੀਜੇ ਦਾ, ਸਾਡੇ ਸਮਾਜ ਦਾ ਆਲੇ ਦੁਆਲੇ ਦਾ ਕੀ ਨੁਕਸਾਨ ਹੈ। ਪਰ ਇਹ ਇੱਕ ਤਰ੍ਹਾਂ ਦਾ ਹੈ, ਕਹ ਲਓ ਵੀ ਇੱਛਾ ਸਹਿਤ ਹੋ ਕੇ ਕਰਮ ਕਰ ਰਿਹਾ ਹੈ, ਇੱਛਾ ਰਹਿਤ ਹੋ ਕੇ ਜਿਹੜਾ ਸ਼ੁਭ ਕਰਮ ਕਰਨਾ ਉਹਦਾ ਵੱਡਾ ਇੱਕ ਫਲ ਹੋਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਵਾਲੇ ਇਸ਼ਾਰਾ। ਕਹਿੰਦੇ ਹਰ ਭਾਵ ਹੈ ਸੋ ਖੇਤ ਜਮਾਇਆ, ਜਿਹੜਾ ਤੇ ਹਰੀ ਨੂੰ ਭਾ ਗਿਆ, ਸ਼ੁਭ ਕਰਮ ਕੀਤੇ, ਨੇਕ ਕਰਮ ਕੀਤੇ, ਆਪਣਾ ਇੱਕ ਫਰਜ਼ ਧਰਮ ਸਮਝ ਕੇ ਉਹ ਖੇਤ ਐਸਾ ਜੰਮ ਜਾਂਦਾ, ਉਹਦਾ ਤਾਂ ਅੱਗੇ ਫਲ ਮਿਲਦਾ, ਇਸ਼ਾਰਾ ਕਰਨ ਲੱਗੇ ਨੇ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਿਹਨਾਂ ਗੁਰਸਿੱਖਾਂ ਨੇ, ਗੁਰਸਿੱਖੀ ਬਹੁ ਬਚਨ ਹੈ, ਗੁਰੂ ਦੇ ਬਚਨ ਨੂੰ ਸੁਣ ਕੇ ਨਾਮ ਰੂਪੀ ਅੰਮ੍ਰਿਤ ਦਾ ਬੀਜ ਬੀਜਿਆ, ਉਹਨਾਂ ਨੂੰ ਨਾਮ ਅੰਮ੍ਰਿਤ ਹੀ ਪ੍ਰਾਪਤ ਹੋਇਆ ਵੱਡੀ ਤਾਦਾਦ ਦੇ ਵਿੱਚ। ਪਰ ਇੱਕ ਚੀਜ਼ ਹੋਰ ਇਸ ਤੋਂ ਅੱਗੇ, ਜਿਵੇਂ ਆਪਾਂ ਖੇਤੀ ਨਾਲ ਸੰਬੰਧਿਤ ਗੱਲ ਕਰ ਰਹੇ ਹਾਂ, ਫਸਲ ਬੀਜ ਦਿੱਤੀ ਜਾਂਦੀ ਹੈ, ਪਹਿਲਾਂ ਬੀਜ ਦਾ ਮੈਂ ਬੇਨਤੀ ਕੀਤੀ ਹੈ, ਫਿਰ ਜਦੋਂ ਫਸਲ ਹੋ ਗਈ ਫਿਰ ਉਹਨੂੰ ਬਚਾਉਣਾ ਪੈਂਦਾ ਕਈ ਚੀਜ਼ਾਂ ਤੋਂ, ਚੂਹੇ ਵਗੈਰਾ ਬਹੁਤੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ। ਮਹਾਰਾਜ ਨੇ ਉਹ ਸ਼ਬਦ ਵਰਤਿਆ, ਦੇਖੋ ਕੈਸਾ, ਕਹਿੰਦੇ ਜੰਮ ਚੂਹਾ ਕਿਰਸਨਿਤ ਪੁਰਕ ਦਾ ਹਰ ਕਰਤਾ ਮਾਰ ਕਢਾਇਆ। ਜੰਮ ਰੂਪੀ ਚੂਹਾ ਜਿਹੜਾ ਨਾ, ਇਹ ਤੁਹਾਡੀ ਉਮਰ ਨੂੰ ਜਿਹੜਾ ਖੁਰਚੀ ਜਾ ਰਿਹਾ, ਖਤਮ ਕਰੀ ਜਾ ਰਿਹਾ, ਜਾਂ ਇਉਂ ਕਹੋ ਸਾਡੀ ਉਮਰ ਲੰਘਦੀ ਜਾ ਰਹੀ ਹੈ ਤੇ ਜੰਮ ਦੇਖ ਦੇਖ ਕੇ ਹੱਸੀ ਜਾ ਰਿਹਾ ਹੈਗਾ। ਇਹ ਇਸ਼ਾਰੇ ਨੇ। ਫਿਰ ਕੀ ਕੀਤਾ ਹਰੀ ਪਰਮਾਤਮਾ ਪਰਮੇਸ਼ਰ ਨੇ, ਉਹ ਜਿਹੜਾ ਜਮਾਂ ਦਾ ਚੂਹਾ ਨਿਤ ਪੁਰਕਦਾ ਸੀ, ਨਿਤ ਡਰਾਉਂਦਾ ਸੀ, ਉਹਦੇ ਤੋਂ ਵੀ ਸਾਨੂੰ ਮੁਕਤ ਕਰਤਾ, ਤਾਂ ਜਾ ਕੇ ਖੇਡ ਬਣਨੀ ਹੈ। ਇਹ ਸਾਰੀਆਂ ਚੀਜ਼ਾਂ ਆਮ ਤੌਰ ਤੇ ਜਿਹੜੀਆਂ ਅਸੀਂ ਦੁਨਿਆਵੀ ਤੌਰ ਤੇ ਵੇਖਦੇ ਹਾਂ, ਤੇ ਉਹਦਾ ਇਸ਼ਾਰਾ ਮਹਾਰਾਜ ਕਹਿੰਦੇ। ਉਸ ਤੋਂ ਬਾਅਦ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ ਜਮਾਇਆ। ਬੋਹਲ ਤੇ ਗੱਲ ਕਦੋਂ ਪਹੁੰਚਦੀ ਹੈ? ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਖੇਤੀ ਨੂੰ ਬਚਾ ਲਿਆ ਜਾਂਦਾ ਹੈ। ਕਿਰਸਾਣੀ ਜੰਮੀ, ਖੇਤੀ ਜੰਮ ਗਈ, ਪਰ ਮਤਲਬ ਫਿਰ ਭਾਉ ਕਰ ਪ੍ਰੇਮ ਨਾਲ, ਤੇ ਜਦੋਂ ਫਿਰ ਅੱਗੇ ਜਾ ਕੇ ਫਿਰ ਬੋਹਲ ਲੱਗ ਕੇ ਜਿਹੜਾ ਬੀਜਿਆ ਉਸੇ ਦਾ, ਸ਼ੁਭ ਕਰਮ ਕਰੋਗੇ ਫਲ ਬਹੁਤ ਵੱਡਾ, ਨਾਮ ਦਾ ਬੀਜ ਬੀਜੋਗੇ ਫਲ ਬਹੁਤ ਵੱਡਾ, ਦਾਨ ਪੁੰਨ ਕਰਾਂਗੇ ਅੱਗੇ ਜਾ ਕੇ ਸਾਨੂੰ ਮਿਲਣਾ ਹੈ। ਅੱਗੇ ਨਾ ਜੀ ਮਹਾਰਾਜ ਬਣ ਚ ਆਖਿਆ, ਆਸਾ ਦੀ ਵਾਰ ਵਿੱਚ ਤੁਸੀਂ ਪੜ੍ਹ ਕੇ ਹਟੇ ਹੋ, ਨਾਨਕ ਅੱਗੇ ਸੋ ਮਿਲਿਆ ਜੋ ਖੱਟੇ ਕਾਲੇ,
ਦੇਹ। ਸਤਿਗੁਰੂ ਕਹਿੰਦੇ ਨੇ ਤਿੰਨ ਕਾ ਕਾੜਾ ਅੰਦੇਸਾ ਸਭ ਲਾਹੇ ਓਨ, ਜਿਹਨੇ ਸਤਿਗੁਰ ਪੁਰਖ ਤੇ ਆਇਆ ਉੱਥੇ ਜਾ ਕੇ ਫਿਰ ਸਾਰੇ ਅੰਦੇਸੇ, ਸਾਰੇ ਡਰ, ਸਾਰੀਆਂ ਚਿੰਤਾਵਾਂ, ਸਾਰੇ ਫਿਕਰ ਖਤਮ ਹੋ ਜਾਂਦੇ ਨੇ। ਜਦੋਂ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਹੈ, ਫਿਰ ਜਿਹੜੇ ਪੈਸੇ ਫੜੇ ਫੜੇ ਵੀ ਹੁੰਦੇ ਨੇ, ਇੱਧਰੋਂ ਤੰਗੀਆਂ ਤੁਰਸੀਆਂ ਦੇਖੀਆਂ ਹੁੰਦੀਆਂ ਨੇ, ਉਧਾਰ ਸੁਧਾਰ ਕੀਤਾ ਹੁੰਦਾ, ਕਿਰਸਾਣੀ ਸੌਖੀ ਨਹੀਂ ਹੈ। ਅੱਜ ਹੋਰ ਔਖੀ ਹੋ ਗਈ ਹੈ, ਹੋਰ ਔਖੀ ਕੀਤੀ ਜਾ ਰਹੀ ਹੈ। ਕਿਰਸਾਨ ਖੇਤ ਪ੍ਰਧਾਨ, ਪੰਜਾਬ ਖੇਤੀ ਪ੍ਰਧਾਨ ਸੂਬਾ, ਇੱਥੇ ਕੋਈ ਫੈਕਟਰੀ ਨਹੀਂ, ਕੋਈ ਉਸ ਤਰ੍ਹਾਂ ਦਾ ਟੂਰਿਸਟ ਏਰੀਆ ਨਹੀਂ ਬਹੁਤਾ ਹੈਗਾ, ਇਹ ਖੇਤੀ ਪ੍ਰਧਾਨ ਏਰੀਆ ਔਰ ਸੂਬਾ ਹੈਗਾ, ਤੇ ਸਾਰਾ ਡਿਪੈਂਡ ਹੀ ਖੇਤੀ ਤੇ। ਅਸੀਂ ਇਹ ਕਹਿੰਦੇ ਪੰਜਾਬ ਵਾਲੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਦੇ ਨੇ, ਇਹਦੇ ਵਿੱਚ ਕੋਈ ਦੋਰਾ ਨਹੀਂ, ਪਰ ਕਿਤੇ ਨਾ ਕਿਤੇ ਜਿਹੜੇ ਐਂਟੀ ਪੰਜਾਬ ਨੇ, ਪੰਜਾਬ ਦੇ ਦੁਸ਼ਮਣ ਤੇ ਪੰਜਾਬ ਦੇ ਲੋਕਾਂ ਦੀਆਂ ਦੁਸ਼ਮਣ ਸ਼ਕਤੀਆਂ ਨੇ ਜਿਹੜੀਆਂ, ਉਹ ਤੁਹਾਨੂੰ ਤੇ ਤੁਹਾਡੀ ਖੇਤੀ ਨੂੰ ਖਤਮ ਕਰਨ ਤੇ ਤੁਲੇ ਨੇ। ਕਿਵੇਂ ਕਰਨਾ ਤੇ ਖੇਤੀ ਮਾਰੂ ਕਾਨੂੰਨ ਤੁਸੀਂ ਪਹਿਲਾਂ ਸਾਰਾ ਕੁਝ ਦੇਖ ਚੁੱਕੇ ਹੋ, ਸੰਘਰਸ਼ ਲੜਨਾ ਪਿਆ ਤੁਹਾਨੂੰ, ਕਿੱਡੀਆਂ ਜਾਨਾਂ ਗਵਾਉਣੀਆਂ ਪਈਆਂ, ਕਿੱਡਾ ਤੁਹਾਡਾ ਨੁਕਸਾਨ ਹੋਇਆ, ਚਲੋ ਉਹ ਵੱਖਰੀ ਗੱਲ ਹੈ ਵੀ ਕਿਤੇ ਨਾ ਕਿਤੇ ਅਸੀਂ ਉਹ ਕਾਨੂੰਨ ਵਾਪਸ ਕਰਾਉਣ ਵਿੱਚ ਕਾਮਯਾਬ ਹੋਇਆ, ਪਰ ਇਹ ਨਹੀਂ ਵੀ ਇਸ ਤੋਂ ਬਾਅਦ ਆਉਣਾ ਨਹੀਂ ਕੁਝ, ਨਹੀਂ, ਅਗਲੇ ਨਵੀਂ ਤੋਂ ਨਵੀਂ ਸਕੀਮ ਘੜੀ ਜਾ ਰਹੇ ਨੇ ਜਿਹੜੇ ਪੰਜਾਬ ਨੂੰ ਜਾਂ ਪੰਜਾਬ ਦੀ ਖੇਤੀ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਤੁਸੀਂ ਲਗਾਤਾਰ ਵੇਖ ਰਹੇ ਹੋ, ਜਾਂ ਤਾਂ ਫੌਰਨ ਜਾਂ ਨਸ਼ਿਆਂ 'ਚ ਜਾਂ ਕਿਸੇ ਹੋਰ ਪਾਸੇ। ਪੰਜਾਬ ਦੇ ਵਾਰਸ ਜਿਹੜੇ ਨੇ ਤੇ ਉਹ ਪੰਜਾਬ ਦੇ ਵਾਰਸਾਂ ਨਾਲ ਕੈਸਾ ਵਰਤਾਓ ਹੋ ਰਿਹਾ ਹੈ, ਇਹ ਤੁਸੀਂ ਇਹ ਦੇਖ ਲਓ। ਪੰਜਾਬ ਦਾ ਵਾਰਸ ਕੋਈ ਅਖਾਉਣ ਵਾਲਾ ਰਹੇ ਨਾ, ਬਸ ਕੋਈ ਪੰਜਾਬ ਦਾ ਵਾਰਸ ਨਹੀਂ ਰਹਿਣ ਦੇਣਾ, ਪੰਜਾਬ ਨੂੰ ਲਾਵਾਰਸ ਕਰਨਾ ਹੈਗਾ। ਪੰਜਾਬ 'ਚ ਜਿਹੜਾ ਮਰਜ਼ੀ ਮੂੰਹ ਚੱਕ ਇੱਥੇ ਆਵੇ, ਜ਼ਮੀਨ ਖਰੀਦੇ, ਜੋ ਮਰਜ਼ੀ ਕਰੇ, ਇੱਥੇ ਨਸ਼ਿਆਂ ਦਾ ਵਪਾਰ ਕਰੇ, ਤੇ ਤੁਸੀਂ ਬਾਹਰ ਐਸਾ ਕਰ ਸਕਦੇ ਹੋ? ਤੁਸੀਂ ਕਿਤੇ ਜ਼ਮੀਨ ਖਰੀਦਣੀ ਹੋਵੇ ਪੰਜਾਬ ਤੋਂ ਬਾਹਰ, ਤੇ ਤੁਸੀਂ ਦੇਖੋ ਤੁਹਾਨੂੰ ਕਿੰਨਾ ਪ੍ਰੋਸੈਸ ਕਰਨਾ ਪਏਗਾ। ਰਾਈਟ ਹੀ ਨਹੀਂ ਕਹਿੰਦੇ ਤੁਹਾਡਾ, ਇੱਥੇ ਕੋਈ ਪੁੱਛਦਾ ਹੀ ਹੈ ਨਹੀਂ। ਕਿਵੇਂ ਕਰਨਾ? ਇਹ ਥੋੜ੍ਹੇ ਜਿਹੇ ਵਿਸ਼ਿਆਂ ਨੂੰ ਸਮਝਣਾ ਪੈਣਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਆਪਣੇ ਵਿਸ਼ੇ ਨਾਲ ਸੰਬੰਧਿਤ, ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਜਿਹੜਾ ਮਨੁੱਖ ਇੱਥੋਂ ਤੱਕ ਪਹੁੰਚ ਗਿਆ, ਤਿੰਨ ਕਾ ਕਾੜਾ ਅੰਦੇਸਾ ਸਭ ਲਾਹੇ ਓਨ, ਸਭ ਖਤਮ ਹੋ ਜਾਂਦੇ ਨੇ, ਫਿਰ ਜਾ ਰਹੇ ਕਾੜੇ ਅੰਦੇਸੇ, ਜਿਹਨੇ ਸਤਿਗੁਰ ਪੁਰਖ ਤੇ ਆਇਆ, ਜਿਹਨਾਂ ਨੇ ਨਾਮ ਦਾ ਬੀਜ ਬੀਜਿਆ, ਸੇਵਾ ਸਿਮਰਨ ਵਿੱਚ ਜੁੜੇ ਰਹੇ, ਚੰਗੇ ਕਰਮ ਕੀਤੇ, ਤੇ ਫਿਰ ਉਹਨੂੰ ਜਿਹੜਾ ਸੀਗਾ ਭਾਵ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਦਾ ਜੀਵਨ ਗੁਜ਼ਰ ਗਿਆ, ਅਖੀਰ ਨੂੰ ਉਹ ਚਿੰਤਾ ਰਹਿਤ ਹੋ ਜਾਂਦੇ ਨੇ, ਫਿਕਰ ਰਹਿਤ ਹੋ ਜਾਂਦੇ ਨੇ। ਬਿਲਕੁਲ ਜਿਵੇਂ ਕਿਸਾਨ ਨੇ ਜਿੰਨਾ ਮਰਜ਼ੀ ਕਰਜ਼ਾ ਫੜਿਆ ਹੋਵੇ, ਬਾਅਦ ਵਿੱਚ ਕਹਿੰਦਾ ਕੋਈ ਨਹੀਂ ਹੁਣ ਸਾਰੇ ਉੱਤਰ ਜਾਣਗੇ, ਹੁਣ ਸਾਰਾ ਕੁਝ ਐਨ ਸੁਰਖਰੂ ਹੋ ਕੇ ਚਾਰ ਪੈਸੇ ਬਚ ਵੀ ਜਾਣਗੇ। ਬਸ ਐਸੇ ਤਰ੍ਹਾਂ ਮਹਾਰਾਜ ਕਹਿੰਦੇ ਕੋ ਨੇ ਜਿਹੜੇ ਇੱਥੇ ਆ ਕੇ ਇਸ ਤਰ੍ਹਾਂ ਦਾ ਬੀਜ ਬੀਜਦੇ ਨੇ ਤੇ ਲਾਸਟ ਨੂੰ ਸੌਖੇ ਰਹਿੰਦੇ ਨੇ, ਕੁਝ ਉਹ ਨੇ ਜਿਹੜਾ ਆਪਣਾ ਮੂਲ ਵੀ ਗਵਾ ਲੈਂਦੇ ਨੇ। ਮਹਾਰਾਜ ਕਹਿਣ ਲੱਗੇ, ਜਦ ਨਾਨਕ ਨਾਮ ਆਰਾਧਿਆ ਆਪ ਤਰਿਆ ਸਭ ਜਗਤ ਤਰਾਇਆ, ਨਾਨਕ ਨਾਮ ਦੀ ਵਰਤੋਂ ਕਰਦੇ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੋ ਭਾਈ ਸਿੱਖੋ, ਜਿਨ੍ਹਾਂ ਨੇ ਨਾਮ ਜਪਿਆ ਹੈ, ਸ਼ੁਭ ਕਰਮ ਕੀਤੇ ਨੇ, ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਉਹ ਆਪ ਤਰ ਗਏ ਤੇ ਸਭ ਜਗਤ ਤਰਾਇਆ, ਤੇ ਬਾਕੀਆਂ ਨੂੰ ਵੀ ਜਿਹੜਾ ਸੀ ਉਹਨਾਂ ਨੇ ਤਾਰਤਾ, ਆਪ ਵੀ ਰੱਜੇ ਦੂਜਿਆਂ ਨੂੰ ਵੀ ਰਜਾਇਆ। ਜਿਹੜਾ ਆਪ ਵੀ ਭੁੱਖਾ ਉਹ ਦੂਜੇ ਨੂੰ ਕੀ ਰਜਾਏਗਾ? ਜਿਹੜਾ ਆਪ ਵੀ ਡੁੱਬਦਾ ਉਹ ਕਿਸੇ ਨੂੰ ਕੀ ਤਾਰ ਦੇਵੇਗਾ? ਉਹ ਤਾਂ ਆਪ ਹੀ ਡੁੱਬੀ ਜਾ ਰਿਹਾ। ਇਸ ਕਰਕੇ ਇਹ ਨੁਕਤਾ ਸਮਝਣਾ, ਅੱਗੇ ਗੁਰੂ ਰਾਮਦਾਸ ਅਗਲੇ ਸਲੋਕ ਵਿੱਚ ਹੋਰ ਬੜਾ ਪਿਆਰਾ ਬਚਨ ਕਰ ਰਹੇ ਨੇ, ਧਿਆਨ ਦੇਣਾ। ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ। ਲਓ ਸੁਣੋ, ਜਿਹੜਾ ਮਨਮੁਖ ਹੈ, ਮਹਾਰਾਜ ਕਹਿੰਦੇ ਗੁਰੂ ਦੀ ਗੱਲ ਵੱਲ ਧਿਆਨ ਦਿੰਦਾ ਹੀ ਨਹੀਂ ਹੈ, ਗੁਰੂ ਦੇ ਬਚਨਾਂ ਵੱਲ ਨਹੀਂ ਧਿਆਨ ਦਿੰਦਾ, ਆਪਣੇ ਜੀਵਨ ਨੂੰ ਨਹੀਂ ਸਮਝਦਾ ਤੇ ਕਰਮਾਂ ਰੂਪੀ ਖੇਤੀ ਵੱਲ ਨਹੀਂ ਧਿਆਨ ਦਿੰਦਾ, ਸਾਰਾ ਦਿਨ ਇਹਦਾ ਲਾਲਚ ਵਿੱਚ ਲੰਘ ਜਾਂਦਾ। ਮਨਮੁਖ ਹੈ ਜਿਹੜਾ, ਲਾਲਚ ਅਟਿਆ ਗੁਜ਼ਰ ਗਿਆ, ਮਨਮੁਖ ਹੋ ਰਹੇ ਗੱਲਾਂ, ਹੋ ਰਹੀ ਗੱਲਾਂ, ਕਰਨ ਵਾਲੀ ਗੱਲ ਕੀਤੀ ਉਹਨੇ, ਸੁਣਨ ਵਾਲੀ ਗੱਲ ਸੁਣੀ ਉਹਨੇ, ਨਾਮ ਜਪਣ ਵਾਲੀ ਗੱਲ ਵੱਲ ਧਿਆਨ ਦਿੱਤਾ ਹੀ ਨਹੀਂ ਹੈ।
ਸ਼ੁਭ ਕਰਮਾਂ ਵਾਲੀਆਂ ਗੱਲਾਂ ਕਹਿੰਦਾ ਛੱਡੋ, ਕੌਣ ਪੁੱਛਦਾ ਇੱਥੇ, ਕਹਿੰਦੇ ਹੋਰ ਹੀ ਗੱਲਾਂ ਕਰਦਾ ਰਿਹਾ, ਕਿਵੇਂ ਮਨਮੁੱਖ ਦਾ ਜੀਵਨ ਲੰਘਦਾ। ਰਾਤੀ ਉਂਗੈ ਹੈ ਦੱਬਿਆ ਨਵੈ ਸੋਤ ਸਭ ਠਿੱਲਾ, ਸਾਰਾ ਦਿਨ ਤਾਂ ਬਸ ਆਸੇ ਐਸੇ ਭੱਜ ਨੌਟ ਦੇ ਵਿੱਚ, ਜਿਹੜਾ ਲਾਲਚ ਦੇ ਵਿੱਚ ਆ ਹੋਰ ਹੀ ਗੱਲਾਂ ਕਰਦਿਆਂ ਦਾ, ਬੇਕਾਰ ਦੀਆਂ ਗੱਲਾਂ ਕਰਦਿਆਂ ਦਾ ਲੰਘ ਗਿਆ। ਹੁਣ ਜਿੰਨਾ ਤੁਸੀਂ ਭੱਜੋਗੇ ਨੱਠੋਗੇ, ਭਾਵੇਂ ਸਹੀ ਕੰਮ ਲਈ ਭੱਜ ਲਓ ਭਾਵੇਂ ਗਲਤ ਲਈ, ਥਕਾਵਟ ਤਾਂ ਹੋਣੀ ਹੈ। ਇੱਕ ਬੰਦਾ ਚੰਗੇ ਕੰਮ ਕਰਨ ਲਈ ਭੱਜਿਆ ਫਿਰਦਾ, ਉਹ ਵੀ ਥੱਕਦਾ ਸ਼ਾਮ ਨੂੰ। ਇੱਕ ਮਾੜੇ ਕੰਮ ਕਰਨ ਲਈ ਥਕਾਵਟ ਤਾਂ ਹੋਣੀ ਹੈ, ਸਰੀਰ ਨੇ ਥੋੜ੍ਹਾ ਦੇਖਣਾ, ਤਾਂ ਤੁਹਾਡੇ ਅੰਦਰਲੀ ਗੱਲ ਹੈ। ਕਹਿੰਦੇ ਜਿਹੜਾ ਮਨਮੁੱਖ ਹੈ ਸਾਰਾ ਦਿਨ ਲਾਲਚ ਵਿੱਚ ਭੱਜਿਆ ਫਿਰਦਾ, ਹੋਰੇ ਕੁਝ ਕਰਦਾ, ਰਾਤ ਪੈ ਜਾਂਦੀ ਹੈ, ਫਿਰ ਰਾਤ ਨੂੰ ਰਾਤੀ ਉਂਗੈ ਦੱਬਿਆ, ਨੀਂਦ ਥੱਲੇ ਦੱਬਿਆ ਜਾਂਦਾ, ਨੀਂਦ ਆ ਜਾਂਦੀ ਹੈ ਤੇ ਸੌਂ ਜਾਂਦਾ ਹੈ। ਜਿਹੜੇ ਨਾਉਏ ਦੇ ਦੁਆਰੇ ਨੂੰ ਢਿੱਲੇ ਪੈ ਜਾਂਦੇ ਨੇ, ਅੱਖ ਕੰਨ ਸਭ ਵਰਕਰ ਨੂੰ ਜਾਣੀ ਕਿ ਹਲਕੇ ਹੋ ਜਾਂਦੇ ਨੇ ਜਾਂ ਹੌਲੇ ਹੋ ਜਾਂਦੇ ਨੇ ਜਾਂ ਇਸ ਤਰ੍ਹਾਂ ਨਵੇਂ ਸੋਤ ਸਭ ਢਿੱਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਜਿਹੜਾ ਮਨਮੁੱਖ ਹੈ, ਜਿਹਨੂੰ ਆਪਾਂ ਕਹਿੰਦੇ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੈ, ਰਾਤ ਨੂੰ ਸੌਂ ਗਿਆ ਘਰਾੜੇ ਮਾਰੇ ਬੇਫਿਕਰੀ ਦੇ ਵਿੱਚ ਹੋ ਗਿਆ, ਬਸ ਧਿਆਨ ਹੀ ਨਹੀਂ ਦਿੱਤਾ, ਸਾਰਾ ਦਿਨ ਕਿੱਥੇ ਲੰਘ ਗਿਆ, ਸਾਰਾ ਦਿਨ ਲਾਲ ਚੱਟਿਆ। ਰਾਤ ਨੂੰ ਕੀ ਹੋਇਆ, ਰਾਤੀ ਉਂਗੈ ਦੱਬਿਆ ਨਵੇਂ ਸੋਤ ਸਭ ਢਿੱਲਾ। ਸਾਹਿਬ ਕਹਿਣ ਲੱਗੇ, ਮਨਮੁੱਖਾਂ ਦਾ ਸਿਰ ਚੋਰਾ ਅਮਰ ਹੈ ਨਿਤ ਦੇਵ ਹੈ ਭਲਾ। ਆਹ ਪੰਗਤੀਆਂ ਨਾ ਜਿਹੜੀਆਂ ਤਿੰਨ ਚਾਰ ਪੰਗਤੀਆਂ ਨੇ, ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ, ਇਹ ਪੰਗਤੀਆਂ ਪਹਿਲੀ ਵਾਰ ਆ ਰਹੀਆਂ ਨੇ ਜਦੋਂ ਦੀ ਆਪਾਂ ਸ਼ੁਰੂ ਤੋਂ ਕਥਾ ਪ੍ਰਾਰੰਭ ਕੀਤੀ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਿਰਫ ਇੱਕ ਦੋ ਥਾਵਾਂ ਤੇ ਐਸਾ ਤੁਸੀਂ ਵੇਖੋ। ਇਹ ਪੰਗਤੀਆਂ ਬਹੁਤ ਧਿਆਨ ਮੰਗਦੀਆਂ ਨੇ ਕਿਉਂਕਿ ਇਹਦੇ ਨਾਲ ਸਿਧਾਂਤ ਜੁੜਿਆ ਹੋਇਆ। ਇਹਦੇ ਸ਼ਬਦ ਦੀ ਅਰਥ ਪਤਾ ਕੀ ਨੇ, ਮੈਂ ਉਹ ਤੁਹਾਡੇ ਸਾਹਮਣੇ ਰੱਖਾਂਗਾ, ਤੁਸੀਂ ਹੈਰਾਨ ਹੋਵੋਗੇ। ਜੇ ਇਹਦੇ ਭਾਵ ਦੇਖੋ, ਵਿਆਖਿਆ ਕਰਨੀ, ਜੇ ਸ਼ਬਦ ਦੀ ਅਰਥ ਕਰਨੀ ਵਿਆਖਿਆ ਹੋਵੇ, ਸਾਰੇ ਕਰ ਦੇਣਗੇ ਪਰ ਮਸਲੇ ਖੜੇ ਹੋ ਜਾਣਗੇ। ਜਿਹਨੂੰ ਸਿਧਾਂਤ ਦੀ ਨੌਲੇਜ ਨਹੀਂ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੀ ਵੀ ਵਿਚਾਰ ਕਰ ਦੇਵੇਗਾ, ਵਿਆਖਿਆ, ਪਰ ਸਿਧਾਂਤ ਕਲੀਅਰ ਨਹੀਂ ਹੋਵੇਗਾ। ਸੁਣਨਾ ਕਿਰਪਾ ਕਰਕੇ, ਮਹਾਰਾਜ ਕਹਿੰਦੇ ਜਿਹੜੇ ਮਨਮੁੱਖ ਨੇ, ਮਨਮੁੱਖਾਂ ਦੇ ਸਿਰ ਜੋਰਾ ਅਮਰ ਹੈ। ਜੋਰਾ ਦਾ ਭਾਵ ਹੁੰਦਾ ਇਸਤਰੀਆਂ ਦਾ ਹੁਕਮ ਚੱਲਦਾ, ਐਸੇ ਬੰਦੇ ਇਸਤਰੀਆਂ ਦੇ ਪ੍ਰਭਾਵ ਹੇਠ ਰਹਿੰਦੇ ਨੇ, ਨਿਤ ਉਹਨਾਂ ਨੂੰ ਬਸ ਖੁਸ਼ ਕਰਨ ਦੇ ਲੱਗੇ ਨੇ। ਮਾਫੀ ਚਾਹਾਂਗਾ, ਮੈਂ ਥੋੜਾ ਸੰਖੇਪ ਦੇ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਪਾਸੇ ਤੁਰੇ ਹੋਏ ਨੇ, ਕਿਹਨੂੰ ਕਿਹਨੂੰ ਖੁਸ਼ ਕਰਨ ਤੇ ਤੁਰੇ ਨੇ, ਮੇਰਾ ਇਸ਼ਾਰਾ ਸਮਝੋ। ਇਹ ਮਨਮੁੱਖ ਹੈ, ਗੁਰੂ ਦੀ ਗੱਲ ਨਹੀਂ ਸੁਣੀ ਇਹਨਾਂ ਨੇ। ਕਹਿੰਦੇ ਜੋਰਾਂ ਦਾ ਆਖਿਆ ਪੁਰਖ ਕਮਾ ਮੰਦੇ, ਸੇ ਅਪਵਿੱਤ ਅਮੇਦ ਖਲਾ। ਤੁਸੀਂ ਇਹਦੇ ਅਰਥ ਨਾ ਆਪ ਪੜ੍ਹ ਲਿਓ, ਥੋੜਾ ਜਿਹਾ ਤੁਹਾਨੂੰ ਪਤਾ ਲੱਗੇ। ਮੈਂ ਇੱਥੇ ਸੰਖੇਪ ਵਿਆਖਿਆ ਕਰਾਂਗਾ, ਸੰਖੇਪ ਦੇ ਵਿੱਚ ਇਸ਼ਾਰੇ ਮਾਤਰ ਤੇ, ਪਰ ਇਹਦੇ ਅਰਥ ਕੀ ਬਣਦੇ ਨੇ, ਸ਼ਬਦੀ ਅਰਥ ਇਹ ਬਣਦੇ ਨੇ। ਕਹਿੰਦੇ ਜਿਹੜੇ ਆਦਮੀ, ਜਿਹੜੇ ਮਨੁੱਖ ਇਸਤਰੀਆਂ ਦਾ ਕਹਿਆ ਮੰਨਦੇ ਨੇ, ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਉਹ ਅਪਵਿੱਤਰ ਨੇ, ਉਹ ਮੂਰਖ ਨੇ, ਉਹ ਖਲ ਨੇ। ਮੈਂ ਖਿਮਾ ਚਾਹਾਂਗਾ, ਕੀ ਗੱਲ, ਇਸਤਰੀਆਂ ਦਾ ਮੰਨਣਾ ਗੁਨਾਹ ਕੋਈ? ਹੁਣ ਇੱਥੇ ਭੈਣਾਂ ਬੈਠੀਆਂ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਬਹੁਤ ਸਾਰੀਆਂ ਉਹਨੇ ਜਿਹਨਾਂ ਨੂੰ ਗੁਰਬਾਣੀ ਦੀ ਨੌਲੇਜ, ਉਹ ਕਹਿ ਸਕਦੀਆਂ ਨੇ ਵੀ ਇਹ ਸਿਧਾਂਤਕ ਤੌਰ ਤੇ ਗੱਲ ਕਿੱਧਰ ਜਾ ਰਹੀ ਹੈ। ਇਹ ਉਸ ਗੁਰੂ ਦਾ ਗ੍ਰੰਥ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਸ਼ਬਦ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਮੈਂ ਜਦੋਂ ਇਹ ਸ਼ਬਦ ਬਚ ਰਿਹਾ ਸੀਗਾ, ਮੇਰੇ ਸਾਹਮਣੇ ਦੋਵੇਂ ਗੱਲਾਂ ਆਈਆਂ ਵੀ ਇਹਦੀ ਵਿਆਖਿਆ ਕਿੱਦਾਂ, ਜੇ ਤਾਂ ਹੁਣ ਇਹਦੇ ਸ਼ਬਦੀ ਅਰਥ ਕਰਤੇ ਆਪਾਂ ਨੇ ਵੀ ਉਹ ਪੁਰਖ ਅਪਵਿੱਤਰ ਨੇ, ਮੂਰਖ ਨੇ, ਜਿਹੜੇ ਇਸਤਰੀਆਂ ਦਾ ਕਹਿਆ ਮੰਨਦੇ ਨੇ, ਫਿਰ ਤਾਂ ਇਸਤਰੀਆਂ ਨਾਲ ਪੱਖਪਾਤ ਹੋ ਗਿਆ। ਫਿਰ ਤਾਂ ਉਹੀ ਗੱਲ ਹੋ ਗਈ ਜਿਵੇਂ ਲੋਕ ਕਹਿੰਦੇ ਸੀ ਇਸਤਰੀਆਂ ਨੂੰ ਮਤ ਨਹੀਂ ਹੈ, ਕੋਈ ਕਹਿੰਦਾ ਸੀ ਢੋਲ ਗਵਾਰ ਸੂਦਰ ਪਸ਼ੂ ਨਾਰੀ ਹੈ ਸਭ ਤਾਰਨ ਕੇ ਅਧਿਕਾਰੀ। ਪਰ ਗੁਰੂ ਨਾਨਕ ਨੇ ਤਾਂ ਇਸਤਰੀਆਂ ਨੂੰ ਬੜਾ ਸਤਿਕਾਰ ਦਿੱਤਾ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ, ਭੰਡਾ ਚੱਲੇ ਰਾਹੋ, ਭੰਡ ਮੋਆ ਭੰਡ ਬਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਣੀ ਚ ਨਾਮ ਵਰਤਿਆ ਉਹਨਾਂ ਦਾ,
ਮਾਤਾ ਗੁਰੂ ਅੰਗਦ ਦੇਵ ਜੀ ਦੇ ਮਹਿਲਾਂ ਦਾ ਨਾਮ ਆਉਂਦਾ ਬਾਣੀ ਦੇ ਵਿੱਚ, ਤੇ ਆਪਾਂ ਬੇਬੇ ਨਾਨਕੀ ਦਾ ਸਤਿਕਾਰ, ਬੀਬੀ ਅਮਰੋ ਦਾ, ਬੀਬੀ ਭਾਨੀ ਦਾ, ਕਿੰਨਾ ਹੀ ਸਾਡਾ ਲੰਮਾ ਚੌੜਾ ਇਤਿਹਾਸ ਹੈ। ਇਸ ਕਰਕੇ ਸਿਧਾਂਤਕ ਤੌਰ ਤੇ ਨਹੀਂ, ਇਹ ਸ਼ਬਦ ਵਿੱਚ ਕਨਸੈਪਟ ਕੀ ਹੈ, ਵਿਸ਼ਾ ਕੀ ਹੈ, ਇਹਨੂੰ ਬੜਾ ਧਿਆਨ ਦੇਣਾ। ਇੱਥੇ ਗੱਲ ਚੱਲ ਰਹੀ ਹੈ ਜਿਹੜੇ ਪੁਰਖ ਗੁਰੂ ਤੋਂ ਪਾਸੇ ਨੇ, ਮਨਮੁੱਖ ਨੇ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ ਹੀ ਨਹੀਂ ਹੈਗਾ, ਗੁਰੂ ਦੇ ਬਚਨਾਂ ਵੱਲ ਧਿਆਨ ਦਿੱਤਾ ਹੀ ਨਹੀਂ ਹੈਗਾ, ਸਾਰਾ ਦਿਨ ਲਾਲਚ ਚ, ਵਿਕਾਰਾਂ ਚ ਪਏ ਹੋਏ ਨੇ, ਵਿਕਾਰਾਂ ਵਿੱਚ ਨੇ, ਤੇ ਉਹ ਸਿਰਫ ਸਾਰਾ ਦਿਨ ਵਿਕਾਰ ਭੋਗਦੇ ਨੇ ਜਿਹੜਾ ਸੀਗਾ, ਫਿਰ ਰਾਤ ਨੂੰ ਸੌਣ ਜਾਂਦੇ ਨੇ, ਨਸ਼ੇ ਕਰ ਲਏ ਕਈ ਕੁਝ, ਉਹਨਾਂ ਦਾ ਦਿਨ ਤੇ ਰਾਤ ਇਉਂ ਗੁਜ਼ਰ ਰਿਹਾ। ਐਸਾ ਜਿਹੜਾ ਮਨਮੁੱਖ ਹੈ ਉਹ ਵਿਕਾਰੀ ਹੋ ਗਿਆ, ਤੇ ਵਿਕਾਰੀ ਕਰਕੇ ਮਾਫੀ ਚਾਹਾਂਗਾ, ਕਾਮੀ ਵੀ ਹੋ ਗਿਆ, ਕ੍ਰੋਧੀ ਵੀ ਹੋ ਗਿਆ, ਲੋਭੀ ਵੀ ਹੋ ਗਿਆ ਇਤਿਹਾਸ, ਤੇ ਕਾਮੀ ਹੋਣ ਕਰਕੇ ਇਸਤਰੀਆਂ ਦੇ ਵਿੱਚ ਉਹਦਾ ਝੁਕਾਅ ਹੋ ਗਿਆ, ਫਿਰ ਉਹਨਾਂ ਦੀ ਗੱਲ ਮੰਨਣ ਲੱਗ ਗਿਆ, ਗੁਰੂ ਦੀ ਗੱਲ ਪਿੱਛੇ ਛੱਡਤੀ, ਔਰ ਮੰਨਦਾ ਵੀ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ। ਹੁਣ ਜੇ ਕੋਈ ਮਾਂ ਦੀ ਗੱਲ ਕਹੀ ਮੰਨਦਾ, ਉਹਨੂੰ ਮੂਰਖ ਕਿਵੇਂ ਕਿਹਾ ਜਾਏਗਾ, ਜਿਹੜਾ ਆਪਣੀ ਸਿਆਣੀ ਪਤਨੀ, ਜਿਹਨਾਂ ਬੀਬੀਆਂ ਨੇ ਸਲਾਹੇ ਸਿਆਣੀਆਂ ਦੇਣੀਆਂ ਨੇ, ਚੰਗੀਆਂ ਸਮਝਦਾਰ ਗੁਰਸਿੱਖ ਬੀਬੀਆਂ, ਜਿਹਨਾਂ ਕੋਈ ਮਾੜੀ ਸਲਾਹ ਦੇਣੀ ਹੋਣੀ, ਉਹਨਾਂ ਦੀ ਗੱਲ ਮੰਨਣ 'ਚ ਕੀ ਗੁਰੇਜ਼ ਹੈ। ਤੇ ਆਪਾਂ ਕਿੰਨਾ ਇਤਿਹਾਸ ਪੜ੍ਹਦੇ ਹਾਂ, ਬੇਬੇ ਨਾਨਕੀ ਦੀ ਕਿੰਨੀ ਪਰਵਾਹ ਕਰਦੇ ਸੀ ਗੁਰੂ ਨਾਨਕ ਸਾਹਿਬ, ਅਗਲੇ ਇਤਿਹਾਸ ਆਪਾਂ ਪੜ੍ਹਦੇ ਹਾਂ, ਦਸਵੇਂ ਪਾਤਸ਼ਾਹ ਜਦੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਤੇ ਆ ਕੇ ਮਾਤਾ ਜੀ ਨੇ ਪਤਾਸਿਆਂ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ। ਸੋ ਇਹਦਾ ਇੱਕ ਪੱਖ ਲੈਣਾ, ਜਿਹੜੇ ਗੁਰੂ ਤੋਂ ਪਾਸੇ ਗਏ ਨੇ, ਵਿਕਾਰੀ ਹੋ ਕੇ ਗਲਤ ਇਸਤਰੀਆਂ ਦੇ ਚੱਕਰ 'ਚ ਨੇ, ਜਿਹੜੇ ਉਹਨਾਂ ਨੂੰ ਖੁਸ਼ ਕਰਨ ਤੇ ਤੁਰੇ ਨੇ, ਉਹਨਾਂ ਦਾ ਕਹਿਆ ਮੰਨਦੇ ਨੇ, ਆ ਇਸ਼ਾਰਾ ਉਸ ਪਾਸੇ ਹੈ। ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਗੁਰੂ ਦੀ ਗੱਲ ਨਹੀਂ ਸੁਣਦੇ, ਗੁਰੂ ਦੀ ਗੱਲ ਵੱਲ ਗੌਰ ਨਹੀਂ ਕਰਦੇ, ਪਰ ਵਿਕਾਰੀ ਹੋ ਕੇ ਉੱਧਰ ਜਾਂਦੇ ਨੇ, ਉਹ ਅਪਵਿੱਤਰ ਨੇ, ਉਹ ਮੂਰਖ ਨੇ, ਉਹ ਵਿਕਾਰੀ ਨੇ। ਸਤਿਗੁਰੂ ਕਹਿੰਦੇ ਐਸੇ ਮਨੁੱਖ ਦਾ ਕੀ ਹਸ਼ਰ ਹੈ, ਕਾਮ ਬਿਆਪੇ ਕਸ਼ੁੱਧ ਨਰ ਸੇ ਜੋਰਾ ਪੁੱਛ ਚੱਲਾ। ਉਹਨਾਂ ਨੂੰ ਹੀ ਪੁੱਛ ਕੇ ਕੰਮ ਪੁੱਟਦੇ ਨੇ ਪੈਰ, ਕਾਮ ਦੇ ਵਿਆਪੇ ਹੋਏ ਨੇ, ਕਾਮ ਦੇ ਡੰਗੇ ਹੋਏ ਨੇ, ਕਸ਼ੁੱਧ ਨੇ, ਸ਼ੁੱਧ ਨਹੀਂ ਹੈਗੇ ਅੰਦਰੋਂ। ਮਹਾਰਾਜ ਦਾ ਇਸ਼ਾਰਾ ਸਮਝੋ, ਮੈਂ ਫਿਰ ਬੇਨਤੀ ਕਰਦੇ ਹਾਂ, ਇਹ ਪੱਖ ਹੈ ਇੱਕ, ਜਿਹੜੇ ਬਿਲਕੁਲ ਗਲਤ ਟਰੈਕ ਤੇ ਚੜ ਚੁੱਕੇ ਨੇ, ਉਹਨਾਂ ਦਾ ਇਹ ਅਸਰ ਹੈ। ਸਤਿਗੁਰ ਕਹਿ ਆਖੇ ਜੋ ਚੱਲੈ, ਆ ਗਈ ਬਚਨ, ਹੁਣ ਇੱਥੇ ਆ ਕੇ ਸਾਰੀ ਗੱਲ ਕਲੀਅਰ ਹੋ ਰਹੀ ਹੈ। ਇੱਕ ਨੇ ਜਿਹੜੇ ਸਤਿਗੁਰੂ ਦੇ ਬਚਨਾਂ ਵੱਲ ਧਿਆਨ ਦਿੰਦੇ ਨੇ, ਪੂਰੇ ਸਤਿਗੁਰੂ ਦੇ ਬਚਨਾਂ ਨੂੰ ਮੰਨਦੇ ਨੇ, ਸਤਿਗੁਰ ਕਹਿ ਆਖੇ ਜੋ ਚੱਲੈ ਸੋ ਸਤ ਪੁਰਖ ਭਲ ਭਲਾ। ਉਹ ਪੁਰਖ ਭਲੇ ਨੇ, ਉਹ ਪੁਰਖ ਨੇਕ ਨੇ, ਉਹ ਚੰਗੇ ਨੇ, ਸਿਆਣੇ ਨੇ, ਜਿਹੜੇ ਸਤਿਗੁਰੂ ਦਾ ਕਹਿਆ ਮੰਨਦੇ ਨੇ। ਧਿਆਨ ਦੇਣਾ, ਸਤਿਗੁਰੂ ਇਹ ਕਹਿ ਰਿਹਾ ਵੀ ਕਿਸੇ ਇਸਤਰੀ ਨੂੰ ਭੰਡੋ ਨਾ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆ। ਗੁਰੂ ਕਹਿੰਦੇ ਨੇ ਉਸ ਇਸਤਰੀ ਨੂੰ ਕਦੇ ਭੰਡੋ ਨਾ ਜਿਹਨੇ ਬੜੇ ਬੜੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ ਔਰ ਬੜੇ ਬੜੇ ਰਾਜਿਆਂ ਦੀ ਜਨਮਦਾਤੀ ਹੈ। ਸਤਿਕਾਰ ਕਰਨਾ, ਉਹਦਾ ਰਿਸਪੈਕਟ ਕਰਨੀ ਹੈ, ਖਾਸ ਕਰਕੇ ਸਾਨੂੰ ਇਸਤਰੀ ਦਾ ਸਤਿਕਾਰ ਕਰਨਾ ਸਿਖਾਇਆ। ਅਸੀਂ ਆਪਣੀ ਇਸਤਰੀ ਦਾ ਸਤਿਕਾਰ ਤਾਂ ਕਰਨਾ ਹੀ ਹੈ, ਸਾਨੂੰ ਤੇ ਗੈਰਾਂ ਦੀਆਂ ਇਸਤਰੀਆਂ ਦਾ ਸਤਿਕਾਰ ਕਰਨਾ ਵੀ ਸਿਖਾਇਆ। ਤੇ ਜਦੋਂ ਅਗਲੇ ਇੱਥੇ ਹਮਲਾ ਕਰਨ ਆਉਂਦੇ ਸੀ, ਹਿੰਦੁਸਤਾਨ ਦਾ ਇਹ ਦੁਖਾਂਤ ਹਿਸਟਰੀ ਹੈ, ਤੇ ਉਹ ਇੱਥੋਂ ਦੀਆਂ ਬਹੂ ਬੇਟੀਆਂ ਨੂੰ ਲੈ ਜਾਂਦੇ ਸਨ ਤੇ ਗਜਨੀ ਦੇ ਬਚਾ, ਉੱਥੇ ਜਗ੍ਹਾ ਬਣੀ ਹੋਈ ਆ ਹਾਲੇ ਤੱਕ ਵੀ, ਪੱਥਰ ਲੱਗਿਆ ਹੋਇਆ ਵੱਡਾ, ਇੱਕ ਉੱਥੇ ਨਿਸ਼ਾਨੀ ਹੈ ਜਿਹੜਾ ਸੀਗਾ, ਜਿੱਥੇ ਇਸਤਰੀਆਂ ਦੀ ਮੰਡੀ ਲੱਗਦੀ ਸੀਗੀ, ਟਕੇ ਟਕੇ ਤੇ ਖਰੀਦੀਆਂ ਬੇਟੀਆਂ ਜਾਂਦੀਆਂ ਸੀ। ਪਰ ਸਾਨੂੰ ਤੇ ਉਦੋਂ ਵੀ ਗੁਰੂ ਸਾਹਿਬ ਨੇ ਜਿਹੜੇ ਇਸ਼ਾਰੇ ਕੀਤੇ ਸੀ, ਗੁਰੂ ਕੇ ਖਾਲਸੇ ਨੇ ਉਹਨਾਂ ਇਸਤਰੀਆਂ ਨੂੰ ਵੀ ਆਜ਼ਾਦ ਕਰਵਾਇਆ, ਰਿਹਾ ਕਰਵਾਇਆ। ਕਿਤੇ ਇੱਕ ਵੀ ਕੋਈ ਉਦਾਹਰਣ ਹੋਵੇ ਇਹੋ ਜਿਹੀ, ਵੀ ਕੋਈ ਗਲਤ ਕੋਈ ਸਟੈਪ ਉੱਟਿਆ ਹੋਵੇ, ਛਡਵਾ ਕੇ ਜਦੋਂ ਘਰੋਂ ਘਰੀ ਛੱਡਦੇ ਸੀ ਤੇ ਉਹ ਭੈਣਾਂ ਕਹਿੰਦੀਆਂ ਸੀ ਵੀ ਅਸਲੀ ਵੀਰ ਸਾਡੇ ਤੁਸੀਂ ਹੋ, ਜਿਹੜੇ ਸਾਡੇ ਜਮ ਨਾਲ ਦੇ ਜੰਮੇ ਨੇ ਉਹ ਤਾਂ ਪਤਾ ਨੀ ਕਿੱਥੇ ਮਰ ਖੱਪ ਗਏ ਨੇ, ਕਿਸੇ ਦੀ ਅਣਖ ਨੀ ਜਾਗੀ,
ਕਿਸੇ ਦੀ ਗੈਰਤ ਨਹੀਂ ਜਾਗੀ, ਗੁੱਟਾਂ ਤੇ ਰੱਖੜੀਆਂ ਬਣਾਈਆਂ ਪਰ ਆ ਜਦੋਂ ਹਮਲਾਵਰ ਚੁੱਕ ਕੇ ਲੈ ਜਾਂਦੇ ਨੇ ਕਿਸੇ ਨੇ ਆ ਕੇ ਨਹੀਂ ਛਡਵਾਇਆ, ਤਾਂ ਤੁਸੀਂ ਉਹ ਰਾਤ ਦੇ 12-12 ਵਜੇ ਨਿਕਲਦੇ ਹੋ। ਸਾਡੀ ਇਹ ਗੱਲ ਨੂੰ ਪੋਜ਼ਿਟਿਵ ਲੈਣਾ ਤੇ ਕਿਸੇ ਸਾਡਾ ਮਖੌਲ ਉਡਾਉਣਾ ਸ਼ੁਰੂ ਕਰਤਾ। ਸਿੱਖਾਂ ਦੇ 12 ਵੱਜ ਗਏ, ਸਿੱਖਾਂ ਦੇ 12 ਵਜਾਈ ਜਾਂਦੇ ਨੇ, ਆ ਜੋਕ ਬਣਾਤੇ ਫਿਲਮਾਂ ਦੇ ਵਿੱਚ, ਕੀ ਕੋਈ ਪੁੱਛਦਾ ਹੀ ਨਹੀਂ ਜਾਂਦੇ ਕਿਸ ਦਰਜ ਹੋ ਸਕਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਕਿਸੇ ਦੀਆਂ ਇੱਜ਼ਤਾਂ ਬਚਾਈਆਂ ਹੋਣ, ਜਿਨ੍ਹਾਂ ਨੇ ਚੁੱਕੀਆਂ ਜਾਂਦੀਆਂ ਮੰਡੀਆਂ 'ਚ ਵੇਚੀਆਂ ਕੁੜੀਆਂ ਨੂੰ ਆਜ਼ਾਦ ਕਰਵਾ ਕੇ ਆਪਣੀ ਜਾਨ ਜੋਖਮ 'ਚ ਪਾਉਣ ਦੇ ਘਰਾਂ 'ਚ ਪਹੁੰਚਾਇਆ ਹੋਵੇ ਬਾਇੱਜ਼ਤ, ਤੇ ਉਹਨਾਂ ਦੇ ਤੁਸੀਂ ਮਖੌਲ ਅਡਾਉਂਦੇ ਹੋ ਤੇ ਹੱਦ ਹੋਈ ਪਈ ਹੈ। ਬੜਾ ਕਈ ਵਾਰੀ ਤੇ ਅਸੀਂ ਵੀ ਉਹਨਾਂ ਦੀ ਪਿੱਛੇ ਸਿੱਖ ਸਿੱਖਾਂ ਨੂੰ ਮਖੌਲ ਕਰੀ ਜਾਂਦੇ ਨੇ। ਥੋੜ੍ਹਾ ਜਿਹਾ ਧਿਆਨ ਦੇਣਾ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਸਤਿਗੁਰ ਕਹਿ ਆਖਿਆ ਜੋ ਚੱਲੈ ਹੈ, ਉਹ ਪੁਰਖ ਜਿਹੜਾ ਭਲ ਭਲਾ ਉਹ ਚੰਗਾ ਤੇ ਭਲਾ, ਜੋਰਾ ਪੁਰਖ ਸਭ ਆਪ ਉਹ ਪਾਏ ਹਨ, ਸਭ ਖੇਲ ਸਭ ਖੇਲਾ। ਦੇਖੋ ਇੱਕ ਬੇਨਤੀ ਹੋਰ, ਗੁਰੂ ਰਾਮਦਾਸ ਕਿੱਡਾ ਵੱਡਾ ਵਚਨ ਕਰ ਰਹੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀ ਕੀਤੇ ਨੇ, ਉਹ ਬੀਬੀ ਭਾਨੀ ਦੇ ਬੇਟੋ ਜਨਮੇ ਨੇ। ਬੀਬੀ ਭਾਨੀ ਐਸੀ ਇਸਤਰੀ ਨੇ ਸਿੱਖ ਪੰਥ ਦੀ ਜਿਹੜੇ ਗੁਰੂ ਪੁੱਤਰੀ ਨੇ, ਗੁਰੂ ਪਤਨੀ ਨੇ, ਗੁਰੂ ਮਾਂ ਨੇ, ਪਤਾ ਨੀ ਕਿੰਨੇ ਸਤਿਕਾਰ ਉਹਨਾਂ ਨੂੰ ਇਹੋ ਜਿਹੇ ਮਿਲੇ ਹੋਏ ਨੇ। ਸੋ ਐਸਾ ਗੁਰੂ ਇਹ ਗੱਲ ਕਹਿ ਸਕਦਾ? ਮੈਂ ਤਾਂ ਬੇਨਤੀ ਕਰ ਰਿਹਾ, ਸਿਧਾਂਤਕ ਪੱਖ ਹੈ, ਸ਼ਬਦੀ ਅਰਥ ਦੇ ਕੋਈ ਕਰਕੇ ਗਾਂਹ ਲੰਘ ਜਾਏ। ਇਸੇ ਕਰਕੇ ਬੇਨਤੀ ਕਰੀ ਦੀ ਆ ਵੀ ਬਿਲਕੁਲ ਜਦੋਂ ਵਿਆਖਿਆ ਹੁੰਦੀ ਹੈ ਉਦੋਂ ਸਿਧਾਂਤਕ ਨੌਲੇਜ ਹੋਣੀ ਜ਼ਰੂਰੀ ਹੈ। ਜੇ ਸਿਧਾਂਤਕ ਨੌਲੇਜ ਨਹੀਂ ਹੈ ਫਿਰ ਉਹਦੇ ਮਸਲੇ ਕ੍ਰੀਏਟ ਹੋ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਮਹਾਰਾਜ ਗੁਰੂ ਰਾਮਦਾਸ ਕਹਿੰਦੇ ਭਾਈ ਜੋਰਾਂ ਪੁਰਖ, ਇਸਤਰੀਆਂ ਵੀ ਪੁਰਖ ਵੀ, ਸਭ ਆਪ ਉਪਾਏ ਹਨ, ਸਭ ਪਰਮਾਤਮਾ ਨੇ ਪੈਦਾ ਕੀਤੇ ਨੇ। ਜਿਹੜਾ ਗੁਰੂ ਇਹ ਕਹਿ ਰਿਹਾ ਵੀ ਸਾਰੇ ਪਰਮਾਤਮਾ ਨੇ ਪੈਦਾ ਕੀਤੇ ਨੇ, ਫਿਰ ਆਪਾਂ ਉਹਨਾਂ ਨੂੰ ਵੱਖ-ਵੱਖ ਕਿਵੇਂ ਕਰ ਸਕਦੇ ਹਾਂ? ਫਿਰ ਆਪਾਂ ਨੂੰ ਛੁਟਿਆ ਕਿਵੇਂ ਸਕਦੇ ਹਾਂ? ਇਹੀ ਗੱਲ ਤਾਂ ਬਾਬਾ ਕਬੀਰ ਨੇ ਕਹੀ ਸੀ ਪੰਡਿਤ ਨੂੰ ਵੀ, ਤੁਸੀਂ ਸਾਨੂੰ ਛੁਟਿਆਉਂਦੇ ਕਿਉਂ ਹੋ? ਤੁਹਾਨੂੰ ਵੀ ਰੱਬ ਨੇ ਪੈਦਾ ਕੀਤਾ, ਸਾਨੂੰ ਵੀ ਰੱਬ ਨੇ ਪੈਦਾ ਕੀਤਾ, ਸਾਡੇ 'ਚ ਵੀ ਖੂਨ ਹੈ ਲਾਲ ਰੰਗ ਦਾ, ਤੁਹਾਡੇ 'ਚ ਵੀ, ਇਸਤਰੀਆਂ ਵੀ, ਸਗੋਂ ਅਸੀਂ ਤੂੰ ਹੀ ਨਹੀਂ ਛੁਟਿਆ ਸਕਦੇ, ਸਾਡਾ ਤੇ ਜਨਮ ਹੀ ਸਾਰਿਆਂ ਦਾ ਇਹਨਾਂ ਦੇ ਗਰਭ 'ਚ ਹੋਇਆ, ਪੇਟੋਂ ਹੋਇਆ, ਅਸੀਂ ਦੇਣੇ ਨਹੀਂ ਦੇ ਸਕਦੇ। ਇਸ ਕਰਕੇ ਇਹ ਇੱਕ ਪੱਖ ਹੈ, ਜੋਰਾ ਪੁਰਖ, ਪਰਮਾਤਮਾ ਨੇ ਇਹ ਸੰਸਾਰ ਨੂੰ ਅੱਗੇ ਚਲਾਉਣ ਲਈ ਇਸਤਰੀ ਵੀ ਪੈਦਾ ਕੀਤੀ ਹੈ, ਪੁਰਖ ਵੀ ਪੈਦਾ ਕੀਤਾ, ਦੋਵਾਂ ਦੇ ਸੁਮੇਲ ਤੋਂ ਅੱਗੇ ਸੰਸਾਰ ਚੱਲ ਰਿਹਾ ਹੈ। ਜੇ ਐਸਾ ਹੁੰਦਾ ਤਾਂ ਇਕੱਲਾ ਪੁਰਖ ਸਮਾਜ ਨੂੰ ਅੱਗੇ ਨਹੀਂ ਤੋਰ ਸਕਦਾ, ਕੁਝ ਵੀ ਹੋ ਜਾਏ, ਇਸਤਰੀ ਦਾ ਆਪਣਾ ਰੋਲ ਹੈ ਉਹਦੇ ਵਿੱਚ, ਇਸਤਰੀ ਇਕੱਲੀ ਵੀ ਆਪਣੇ ਆਪ ਸੰਸਾਰ ਨੂੰ ਨਹੀਂ ਤੋਰ ਸਕਦੀ। ਇਹ ਪਰਮਾਤਮਾ ਦੀ ਵੱਡੀ ਖੇਡ ਹੈ, ਸਮਝਣਾ ਸੀ, ਕਹਿੰਦੇ ਸਭ ਉਹਦਾ ਖੇਲ ਹੈ, ਹਰ ਖੇਲ ਸਭ ਖੇਲਾ, ਉਹ ਖੇਲ ਰਿਹਾ ਹੈ, ਖਿਡਾ ਰਿਹਾ ਹੈ, ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪਲਾ। ਜਿਹੜਾ ਸਿੱਖ ਗੁਰੂ ਦੇ ਕੋਲ ਬੈਠਦਾ ਉਹ ਕਹਿੰਦਾ ਵਾਹਿਗੁਰੂ ਇਹ ਤੇਰੀਆਂ ਖੇਡਾਂ ਨੇ, ਇਹ ਤੇਰੇ ਵਰਤਾਰੇ ਨੇ, ਸਭ ਭਲਾ ਹੈ, ਸਭ ਚੰਗਾ ਹੈ, ਸਭ ਠੀਕ ਹੈ। ਉਹ ਸ਼ੁਭ ਕਰਮ ਕਰਦਾ, ਨੇਕ ਕੰਮ ਕਰਦਾ, ਚੰਗੇ ਬੀਜ ਬੀਜਦਾ, ਪੌੜੀ ਦੀ ਹੈ ਇਹਦੀ ਵਿਚਾਰ ਕੇ ਆਪਾਂ ਸਮਾਪਤੀ ਕਰੀਏ। ਸਤਿਗੁਰੂ ਕਹਿਣ ਲੱਗੇ ਤੂੰ ਬੇਪਰਵਾਹ ਅਥਾ ਹੈ, ਅਤੁੱਲ ਕਿਉਂ ਤੁਲੀ ਹੈ, ਹੇ ਵਾਹਿਗੁਰੂ ਤੂੰ ਬੇਪਰਵਾਹ ਹੈ, ਸੱਚ ਮੁੱਚ ਪਰਮਾਤਮਾ ਬੇਪਰਵਾਹ ਹੈ, ਤੈਨੂੰ ਕਿਹਦੇ ਨਾਲ ਤੁਲਨਾ ਦੇਈਏ, ਤੂੰ ਅਥਾਹ ਹੈ, ਤੇਰਾ ਥਾ ਕਿਹਨੇ ਪਾਇਆ, ਸੇ ਵਡਭਾਗੀ ਤੁੱਧ ਧਿਆਏ ਦੇ ਜਿਨ ਸਤਿਗੁਰ ਮਿਲੀ ਹੈ। ਮੈਂ ਪਹਿਲੀ ਬੇਨਤੀ ਕੀਤੀ ਹੈ, ਜਿਹੜੇ ਤਾਂ ਸਤਿਗੁਰੂ ਨੂੰ ਮਿਲ ਕੇ ਵੱਡਿਆ ਭਾਗਾਂ ਵਾਲੇ ਉਹ ਤਾਂ ਉਹਨੂੰ ਧਿਆਉਂਦੇ ਨੇ। ਮਨਮੁੱਖ ਕੀ ਕਰਦਾ? ਸਾਰਾ ਦਿਨ ਲਾਲਚ ਅਟਿਆ ਮਨਮੁੱਖ ਹੋਰੇ ਗੱਲਾਂ, ਆ ਮਨਮੁੱਖ ਹੈ, ਉਹ ਸਤਿਗੁਰੂ ਨੂੰ ਧਿਆਉਂਦਾ ਨਹੀਂ, ਸਤਿਗੁਰੂ ਦੇ ਬਚਨਾਂ ਵੱਲ ਧਿਆਨ ਨਹੀਂ ਦਿੰਦਾ। ਇੱਕ ਪੰਗਤੀ ਆ ਧਿਆਨ ਨਾਲ ਸੁਣੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਪੰਗਤੀ ਨਾ ਸਿਧਾਂਤਕ ਹੈ, ਜਿਹੜੀ ਸਤਿਗੁਰੂ ਦੀ ਬਾਣੀ ਹੈ ਸਤ ਸਰੂਪ ਹੈ, ਪਰਮਾਤਮਾ ਸਰੂਪ ਹੈ। ਸਤਿਗੁਰੂ ਦੀ ਬਾਣੀ ਪੜ੍ਹ ਕੇ ਤੁਸੀਂ ਗੁਰਬਾਣੀ ਵਿੱਚ ਭੇਦ ਹਾਸਲ ਕਰ ਸਕਦੇ ਹੋ, ਗੁਰਬਾਣੀ ਜੈਸੇ ਹੋ ਸਕਦੇ ਹੋ, ਜੈਸਾ ਗੁਰਬਾਣੀ 'ਚ ਇਸ਼ਾਰੇ ਨੇ। ਸਤਿਗੁਰੂ ਦੀ ਬਾਣੀ ਸਤ ਪੁਰਖ ਹੈ, ਸਤ ਸਰੂਪ ਹੈ, ਇਹ ਖਾਸ ਕਰਕੇ ਸਾਨੂੰ ਇਹ ਤੇ ਪਹਿਰਾ ਦੇਣਾ ਪੈਣਾ ਹੈ। ਸਾਡੇ ਲਈ ਸਭ ਤੋਂ ਉੱਤਮ ਬਾਣੀ ਹੈ, ਸ੍ਰੇਸ਼ਟ ਬਾਣੀ ਹੈ,
ਬਾਣੀ ਦੇ ਮਸਲੇ ਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਣਾ ਵੀ ਨਹੀਂ ਚਾਹੀਦਾ, ਨਾ ਹੋਇਆ ਤੁਸੀਂ ਇਤਿਹਾਸ ਤੇ ਬਾਣੀ ਨੂੰ ਖੇਡ ਬਣਾਤਾ, ਖਤਮ ਹੋ ਗਿਆ ਗੱਲ। ਜੇ ਖਤਮ ਨਹੀਂ ਹੋਏ ਤੇ ਨਾਮੋ ਨਿਸ਼ਾਨ ਜਿਹੜਾ ਸੀ ਉਹਨਾਂ ਦਾ ਸਮਾਂ ਪਾ ਕੇ ਮਿਟ ਜਾਣਾ। ਬਾਣੀ ਦਾ ਜਿਨ੍ਹਾਂ ਨੇ ਸਤਿਕਾਰ ਕੀਤਾ ਉਹਨਾਂ ਦੇ ਬੜੇ ਬੜੇ ਇਤਿਹਾਸਿਕ ਪ੍ਰਸੰਗ ਨੇ, ਸਮਾਂ ਨਹੀਂ ਹੈ। ਮੈਂ ਸੰਖੇਪ ਚ ਬੇਨਤੀ ਕਰ ਰਿਹਾ, ਕਹਿੰਦੇ ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਚੜ ਪੜੀਆ। ਜਿਹੜੇ ਸਤਿਗੁਰੂ ਦੀ ਰੀਸ ਹੈ, ਸਤਿਗੁਰੂ ਦੀ ਰੀਸ ਭਾਵ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ ਕਹਿੰਦੇ ਅਸੀਂ ਵੀ ਉਚਾਰਦੇ ਹਾਂ, ਸਤਿਗੁਰੂ ਨੇ ਸ਼ਬਦ ਉਚਾਰਨ ਕੀਤੇ ਕਹਿੰਦੇ ਅਸੀਂ ਵੀ ਉਚਾਰਦੇ ਹਾਂ, ਉਹ ਸਤਿਗੁਰੂ ਦੀ ਬਾਣੀ ਦੀ ਤਰਜ ਤੇ ਨਕਲ ਤੇ ਰੀਸ ਦੇ ਵਿੱਚ ਉਹਨਾਂ ਨੇ ਕੱਚ ਵਿੱਚ ਬੋਲਿਆ, ਬਾਣੀ ਤੇ ਨਹੀਂ ਹੈ। ਤੁਰਕੀ ਬਾਣੀ ਹੋਰ ਹੈ, ਅੰਮ੍ਰਿਤ ਬਾਣੀ ਦਾ ਜ਼ਿਕਰ ਜਦੋਂ ਆਪਾਂ ਪੜ੍ਹਦੇ ਹਾਂ, ਪਰ ਜਿਨ੍ਹਾਂ ਨੇ ਉਹਨਾਂ ਨੂੰ ਮਹਾਰਾਜ ਨੇ ਕੱਚੀ ਬਾਣੀ ਆਪ ਆਖਿਆ ਗੁਰੂ ਰਾਮਦਾਸ ਜੀ ਨੇ। ਮੈਂ ਕੱਲ ਬੇਨਤੀ ਕੀਤੀ ਸੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੇਲੇ ਵਰਤਦੇ ਵਰਤਾਰੇ ਵੇਖੇ ਔਰ ਆਪਣੀ ਬਾਣੀ ਦੇ ਵਿੱਚ ਇਸ਼ਾਰੇ ਕੀਤੇ ਨੇ, ਸੇ ਕੂੜਿਆਰੋ ਕੂੜੇ ਝੜ ਪੜੀਆ ਖਤਮ ਹੋ ਗਏ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੂੰ ਝੱਖ ਮਰਦੇ ਕੜੀ ਹੈ। ਤੇ ਜਿਹੜੇ ਇਸ ਤਰ੍ਹਾਂ ਨੇ ਨਾ ਸਤਿਗੁਰ ਕੀ ਰੀਸੈ ਕੱਚ ਵਿੱਚ ਬੋਲਦੇ ਨੇ, ਉਹਨਾਂ ਦੇ ਅੰਦਰ ਕੁਝ ਹੋਰ, ਬਾਹਰ ਕੁਝ ਹੋਰ, ਜਵਾਨ ਤੇ ਕੁਝ ਹੋਰ, ਹਿਰਦੇ ਚ ਕੁਝ ਹੋਰ, ਜਿਨ ਮਨ ਅੰਦਰ ਹੋਰ। ਤੇ ਬਾਬਾ ਫਰੀਦ ਜੀ ਨੂੰ ਪੜ੍ਹੋ, ਜਿਨ ਮੁੱਖ ਜਿਹਦੇ ਮੂੰਹ ਤੇ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ, ਉਹਨਾਂ ਨੂੰ ਬਾਬਾ ਜੀ ਨੇ ਕਿਹੜੇ ਇਸ਼ਾਰੇ ਕੀਤੇ? ਦਿਲੋਂ ਮੁਹੱਬਤ ਜਿਨ ਸਹੀ ਛੱਚਿਆ, ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਡੇ ਕੱਚਿਆ। ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਪਰ ਜਿਹੜੀ ਤੁਰਕੀ ਬਾਣੀ ਹੈ ਉਹਨਾਂ ਦੇ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਨਹੀਂ। ਜਿਨ੍ਹਾਂ ਨੇ ਉਚਾਰਨ ਕੀਤੀ ਭਾਵੇਂ ਭਗਤ ਸਾਹਿਬਾਨ ਸਨ ਭਾਵੇਂ ਗੁਰੂ ਸਾਹਿਬਾਨ ਸਨ, ਜੇ ਅੱਜ ਵੀ ਆਪਾਂ ਬਾਣੀ ਨੂੰ ਸਤਪੁਰ ਸਰੂਪ ਮੰਨ ਲਈਏ ਤੇ ਜੇ ਬਾਣੀ ਦੇ ਮੁਤਾਬਕ ਚੱਲੀਏ, ਸੱਚਮੁੱਚ ਸਾਡੇ ਅੰਦਰ ਤੇ ਬਾਹਰ ਇੱਕੋ ਜੈਸਾ ਹੋ ਜਾਏਗਾ। ਹੁਣ ਮਾਫੀ ਚਾਹਾਂਗਾ, ਅਸੀਂ ਬਾਣੀ ਪੜ੍ਹਦੇ ਤਾਂ ਹੈਗੇ ਹਾਂ ਪਰ ਸਾਡੇ ਅੰਦਰ ਕੁਝ ਹੋਰ ਹੁੰਦਾ, ਈਰਖਾ ਵੀ ਹੁੰਦੀ ਹੈ, ਸਾੜਾ ਵੀ ਹੁੰਦਾ, ਵਿਕਾਰਾਂ ਦਾ ਪ੍ਰਭਾਵ ਵੀ ਹੁੰਦਾ, ਬਾਹਰੋਂ ਅਸੀਂ ਕੁਝ ਹੋਰ ਬਣ ਕੇ ਦਿਖਾਉਂਦੇ ਹਾਂ ਕਿਉਂਕਿ ਅਸੀਂ ਉਹਨਾਂ ਗਹਿਰਾਈ 'ਚ ਨਹੀਂ ਲਿਆ। ਜਿੱਦਣੇ ਤੁਸੀਂ ਇਸ ਚੀਜ਼ ਨੂੰ ਗਹਿਰਾਈ 'ਚ ਲਿਆ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਫਿਰ ਗੁਰਬਾਣੀ ਬਣੀ ਆ, ਗੁਰਬਾਣੀ ਜੈਸਾ ਬਣ ਤੋਂ ਕੋਈ ਰੋਕ ਨਹੀਂ ਸਕੇਗਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਅਸੀਂ ਇਸ ਗੱਲ ਨੂੰ ਸਮਝ ਸਕੀਏ। ਸਤਿਗੁਰੂ ਦੀ ਬਾਣੀ ਪੜ੍ਹੀਏ, ਸੁਣੀਏ, ਬਾਚੀ ਵਿਚਾਰੀਏ। ਸ਼ਬਦ ਬਹੁਤ ਲੰਮੇਰਾ ਸੀਗਾ, ਸੰਖੇਪ 'ਚ ਬਾਚਿਆ। ਅਸੀਂ ਸਾਰੇ ਕਿਸਾਨ ਸੰਸਾਰ ਵਿੱਚ ਆਏ ਹਾਂ, ਕਰਮਾਂ ਰੂਪੀ ਖੇਤੀ ਬੀਜਣੀ ਹੈ, ਬੀਜ ਬੀਜਣਾ, ਅਤੇ ਅਸੀਂ ਚੰਗੇ ਬੀਜ ਬੀਜੀਏ, ਚੰਗੇ ਕਰਮ ਕਰੀਏ, ਸ਼ੁਭ ਕਰਮਾਂ ਰੂਪੀ ਬੀਜ ਨੂੰ ਬੀਜਾਂਗੇ ਅਤੇ ਅੱਗੇ ਜਾ ਕੇ ਸੌਖੇ ਰਵਾਂਗੇ। ਬਸ ਗੁਰੂ ਨੇ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਇਸ਼ਾਰੇ ਕੀਤੇ ਨੇ, ਸਤਿਗੁਰੂ ਕਿਰਪਾ ਕਰਨੇ, ਇਸ਼ਾਰੇ ਆਪਣੀ ਸਮਝ ਵਿੱਚ ਆਉਣ, ਅਸੀਂ ਇਹਨਾਂ ਨੂੰ ਸਮਝ ਕੇ ਇਸ ਤਰ੍ਹਾਂ ਦਾ ਜੀਵਨ ਜਿਉਈਏ ਤਾਂ ਕਿ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਵਣ। ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਪਿਟਾਵਾ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ, ਹੋਈਆਂ ਗਲਤੀਆਂ ਲਿਖੀ ਮਾਂ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ, ਸ਼੍ਰੀ ਅਨੰਦ ਸਾਹਿਬ ਜੀ ਦੇ ਪਾਠ ਵੀ ਜੁੜੀਏ, ਉਪਰੰਤ ਅਰਦਾਸ ਬੇਨਤੀ ਹੋਵੇਗੀ, ਹੁਕਮਨਾਮਾ ਸਾਹਿਬ, ਫਿਰ ਸ਼ਾਸਤਰਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ, ਆਪ ਸੰਗਤ ਨੇ ਜੁੜੇ ਰਹਿਣਾ ਜੀ। ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਚੜ ਪੜੀਐ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੂੰ ਝੱਖ ਮਰਦੇ ਕੜੀਐ।